ਅੱਜ ਕਿਸਾਨ ਵੀਰਾਂ ਦੇ ਲਈ ਇੱਕ ਵੱਡਾ ਪਟਾਰਾ ਖੁੱਲਣ ਵਾਲਾ ਹੈ ਇਹ ਜੋ ਇੰਨਾ ਵੱਡਾ ਇਸ ਵੇਲੇ ਗਰੁੱਪ ਖੜਾ ਕੀਤਾ ਹੋਇਆ ਹੈ ਤਾਂ ਇਹ ਕਿਸ ਤਰੀਕੇ ਨਾਲ ਖੜਾ ਹੋਇਆ ਇੱਕ ਕਰਮਚਾਰੀ ਕਿੱਥੋਂ ਉੱਠ ਕੇ ਆਇਆ ਔਰ ਇੰਨੇ ਕਰਮਚਾਰੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਫਿਰ ਘਰ ਘਰ ਹਰ ਖੇਤ ਵਿੱਚ ਇੰਨੇ ਜਿਹੜੇ ਸੰਧ ਨੇ ਉਹ ਪੰਚਾਇਤ ਨੂੰ ਇੰਨੀ ਜ਼ਿਆਦਾ ਦੇਣ ਹੈ ਕੋਈ ਵੀ ਮੁਸੀਬਤ ਲੱਗ ਕੇ ਚਾਹੁੰਦੀ ਹੈ ਸਭ ਤੋਂ ਪਹਿਲਾਂ ਜਗਤਜੀਤ ਗਰੁੱਪ ਖੜਾ ਹੋ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਖਾਬ ਮਨਦੀਪ ਕੌਰ ਸੰਧੂ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਓਵੇਂ ਤਕਨੀਕ ਬਦਲਦੀ ਜਾ ਰਹੀ ਹੈ ਹਰ ਇੱਕ ਚੀਜ਼ ਬਦਲਦੀ ਜਾ ਰਹੀ ਹੈ ਜੇਕਰ ਗੱਲ ਕਰੀਏ ਪੁਰਾਣੇ ਸਮੇਂ ਦੀ ਸਾਡੇ ਦਾਦੇ ਬਾਬੇ ਜਦੋਂ ਖੇਤੀ ਕਰਿਆ ਕਰਦੇ ਸੀ ਤਾਂ ਉਦੋਂ ਹਾਲ ਹੁੰਦੇ ਸੀ ਜਦ ਬਲਦਾਂ ਦੇ ਨਾਲ ਖੇਤੇ ਹੁੰਦੀ ਸੀ ਤਾਂ ਐਵੇਂ ਹੁਣ ਜਿਹੜਾ ਸਮਾਂ ਆ ਗਿਆ ਹੈ ਖੇਤੀ ਕਰਨ ਦੇ ਢੰਗ ਬਦਲ ਗਏ ਨੇ ਸੰਦ ਬਦਲ ਗਏ ਨੇ ਤੇ ਜਿਵੇਂ ਜਿਵੇਂ ਅੱਗੇ ਵੱਧਦੇ ਜਾ ਰਹੇ ਤਾਂ ਬੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਤੇ ਅੱਜ ਅਸੀਂ ਗੁਜ਼ਰਦੇ ਜਾ ਰਹੇ ਸੀ ਜੀ ਚੀਮਾ ਮੰਡੀ ਦੇ ਵਿੱਚੋਂ ਦੀ ਤੇ ਇੱਕ ਬਿਲਡਿੰਗ ਤੇ ਨਜ਼ਰ ਪਈ ਕੀ ਇਹਦੇ ਅੰਦਰ ਕੀ ਹੈ ਤੇ ਜਦੋਂ ਅਸੀਂ ਅੰਦਰ ਐਂਟਰ ਹੋਏ ਅਸੀਂ ਹੈਰਾਨ ਹੋ ਗਏ ਕਿ ਭਾਈ ਇਹ ਤਾਂ ਕਿਸਾਨਾਂ ਦੇ ਲਈ ਪੰਜਾਰ ਫਾਇਦਾ ਪੰਜਾਉਣ ਵਾਲੀਆਂ ਚੀਜ਼ਾਂ ਨੇ ਤਾਂ ਅੱਜ ਅਸੀਂ ਖੜੇ ਹੋਇਆ ਜਗ ਜੀਤ ਗਰੁੱਪ ਦੇ ਜਿਹੜੇ ਅੰਦਰ ਆ ਕੇ ਜਿਹੜੀ ਬਹੁਤ ਵੱਡੀ ਫੈਕਟਰੀ ਹੈ ਜਿੱਥੋਂ ਤਿਆਰ ਹੁੰਦੇ ਨੇ ਖੇਤੀਬਾੜੀ ਦੇ ਸੰਦ ਤੇ ਅੱਜ ਕਿਸਾਨ ਵੀਰਾਂ ਦੇ ਲਈ ਇੱਕ ਵੱਡਾ ਪਟਾਰਾ ਖੁੱਲਣ ਵਾਲਾ ਹੈ ਤਾਂ ਕਿਸਾਨ ਵੀਰ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚ ਕੇ ਜਿਹੜਾ ਫਾਇਦਾ ਲੈ ਸਕਦੇ ਨੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨਵੀਆਂ ਚਾਹੀਦੀਆਂ ਨੇ ਉਹ ਕਿਸ ਤਰੀਕੇ ਨਾਲ ਵਿਸ਼ਵਾਸ ਜਿਹੜਾ ਇੱਥੇ ਆ ਕੇ ਜਿਤਾ ਸਕਦੇ ਨੇ ਆਪਣਾ ਤਾਂ ਉਹ ਕਦੇ ਵੀ ਲੁੱਟੇ ਜਾਣ ਵਾਲੀ ਜਿਹੜੀ ਹੈ ਕਦੇ ਆਪਣੀ ਕਹਾਣੀ ਨੇ ਦਸਨਗੇ ਆਓ ਫਿਰ ਤੁਹਾਨੂੰ ਦੁਕਾਨਿਆ ਫੈਕਟਰੀ ਦੇ ਅੰਦਰ ਕੀ ਕੀ ਹੈ ਕਿੰਨੇ ਕਰਮਚਾਰੀ ਕੰਮ ਕਰਦੇ ਨੇ ਤੁਸੀਂ ਫਾਇਦਾ ਕਿਵੇਂ ਲੈਣਾ ਆ ਕੇ ਇੱਕ ਵਾਰ ਨਜ਼ਰ ਤਮਾਰੋ ਸਾਡੇ ਨਾਲ ਜੋ ਜਿੱਦਾਂ ਅੰਦਰ ਐਂਟਰ ਹੋਇਆ ਮੈਂ ਤਾਂ ਹੈਰਾਨ ਰਹਿ ਗਈ ਭਾਈ ਤੁਹਾਡੇ ਲਈ ਤਾਂ ਮੈਂ ਬਹੁਤ ਵਧੀਆ ਚੀਜ਼ ਲੱਭ ਕੇ ਲਿਆਉਂਦੀ ਆ ਦੇਖੋ ਇੱਥੇ ਲਿਖਿਆ ਇਨਾਮਾਂ ਦੀ ਛੜੀ ਅਤੇ ਜਗਜੀਤ ਕੰਪਨੀ ਸਭ ਤੋਂ ਅੱਗੇ ਖੜੀ ਤੇ ਮਤਲਬ ਇਹਨਾਂ ਦੇ ਜਿਹੜੇ ਰਿਕਾਰਡ ਵੀ ਬਣੇ ਹੋਏ ਨੇ ਇੱਦਰ ਏਸ਼ੀਆ ਬੁੱਕ ਆਫ ਰਿਕਾਰਡਸ ਵੀ ਨੇ ਹੋਰ ਵੀ ਬੜੇ ਰਿਕਾਰਡ ਨੇ ਬੜੇ ਇਨਾਮ ਨੇ ਇਹ ਵਾਕਈ ਫੋਟੋਆਂ 'ਤੇ ਦਿਖ ਰਹੇ ਨੇ ਪਹਿਲਾਂ ਆਪਾਂ ਅੰਦਰ ਚੱਲਦੇ ਹਾਂ ਜਿਹੜੇ ਇੱਥੇ ਮੁੱਖ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਸਾਨੂੰ ਪਹਿਲਾਂ ਦਿਖਾਓ ਫਿਰ ਆਪਾਂ ਪੂਰੀ ਇਹ ਜਿਹੜਾ ਬੁੱਢਾ ਤੁਸੀਂ ਇਹ ਇਸ ਵੇਲੇ ਖੜੀ ਹੋਈ ਫੈਕਟਰੀ ਕੌਣ ਕੌਣ ਕਿਵੇਂ ਕਿਵੇਂ ਕੰਮ ਕਰ ਰਿਹਾ ਹੈ ਤਾਂ ਆਪਾਂ ਇਹ ਸਾਰੀ ਤੁਹਾਨੂੰ ਨਾਲ-ਨਾਲ ਘੁਮਾ ਕੇ ਦਿਖਾਉਣੀ ਵੀ ਹੈ ਤੇ ਚਲਿਏ ਫਿਰ ਆਓ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਮੁਖ ਮੈਂਬਰਾਂ ਦੇ ਨਾਲ ਤੋ ਬਿਲਕੁਲ ਹੁਣ ਅਸੀਂ ਬਾਹਰ ਆ ਗਏ ਹਾਂ ਜਿੱਥੇ ਇਸ ਡਿਸਕ ਸੀਡਰ ਨੂੰ ਤਿਆਰ ਪੂਰਾ ਤਿਆਰ ਬਰ ਤਿਆਰ ਕੀਤਾ ਗਿਆ ਹੈ ਤੁਹਾਡੇ ਖੇਤਾਂ ਤੱਕ ਪਹੁੰਚਾਉਣ ਦੇ ਲਈ ਤੇ ਜੀਮਾ ਸਾਹਿਬ ਜਿੱਗੇ ਅਸੀਂ ਗੱਲ ਕਰੀਏ ਤਾਂ ਵੱਖਰਾ ਕੀ ਹੈ ਕਿਉਂਕਿ ਉਸ ਤੋਂ ਪਹਿਲਾਂ ਹੈਪੀ ਸੀਡਰ ਵੀ ਆਇਆ ਸੀ ਤਾਂ ਇਹਦਾ ਸ਼ਾਇਦ ਕਿਤੇ ਨਾਮ ਦਾ ਫਰਕ ਤਾਂ ਨਹੀਂ ਹੈਗਾ ਨਹੀਂ ਨਾਮ ਦਾ ਫਰਕ ਨਹੀਂ ਜਿਸ ਤਰ੍ਹਾਂ ਪਹਿਲਾਂ ਹੈਪੀ ਸੀਡਰ ਆਇਆ ਸੀਗਾ ਹੈਪੀ ਸੀਡਰ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਜ਼ਿਆਦਾ ਦਿੱਕਤ ਆਉਂਦੀ ਸੀਗੀ ਉਹ ਪਰਾਲੀ ਨੂੰ ਮਲਚ ਨਹੀਂ ਕਰਦਾ ਸੀਗਾ ਉਹ ਪਰਾਲੀ ਨੂੰ ਐਦਾਂ ਹੀ ਸਾਈਡ ਤੇ ਕਰ ਦਿੰਦਾ ਸੀ ਜਿਹਦੇ ਵਿੱਚ ਚੂਹੇ ਵਗੈਰਾ ਦਾ ਜਿਹੜਾ ਕਾਫੀ ਉਸ ਤੋਂ ਬਾਅਦ ਸੁੰਡੀ ਪੈ ਜਾਂਦੀ ਸੀਗੀ ਉਸ ਤੋਂ ਬਾਅਦ ਅਸੀਂ ਜਿਹੜਾ ਦਿਨ ਰਾਤ ਮਿਹਨਤ ਕਰਕੇ ਸਾਡੀ ਆਰ ਐਂਡ ਡੀ ਟੀਮ ਨੇ ਜਿਹੜਾ ਸੁਪਰ ਸੀਡਰ ਪ੍ਰੋਡਕਟ ਹੈ ਉਹ ਤਿਆਰ ਕੀਤਾ ਸਭ ਤੋਂ ਪਹਿਲਾਂ ਜਿਹੜਾ ਸੁਪਰ ਸੀਡਰ ਤਿਆਰ ਉਹ ਜਗਜੀਤ ਨੇ ਹੀ ਕੀਤਾ ਸੀਗਾ ਸੁਪਰ ਸੀਡਰ ਤਿਆਰ ਕਰਨ ਤੋਂ ਬਾਅਦ ਅਸੀਂ ਉਹਦੇ ਵਿੱਚ ਹੌਲੀ ਹੌਲੀ ਇੰਪਰੂਵ ਕਰਦੇ ਗਏ ਇੰਪਰੂਵ ਕਰਨ ਤੋਂ ਬਾਅਦ ਹੁਣ ਅਸੀਂ ਨੇ ਜਿਹੜਾ ਲੇਟੈਸਟ ਸੁਪਰ ਸੀਡਰ ਕੀਤਾਗਾ ਜਿਹਦੀ ਸਭ ਤੋਂ ਵੱਡਾ ਜਿਹੜਾ ਚੇਂਜ ਹੈ ਉਹ ਜਗਤਜੀਤ ਹੀ ਕਰ ਰਿਹਾ ਜਿਹੜਾ ਇਹ ਗੇਅਰ ਹੈ ਜਿਹੜਾ ਤੁਸੀਂ ਇਹ ਗੇਅਰ ਜਿਹੜਾ ਇਹ ਡਰਾਈਵ ਦਿੰਦਾ ਹੈਗਾ ਪਿੱਛੇ ਬੈਕ ਰੋਲਰ ਨੂੰ ਡਰਾਈਵ ਦਿੰਦਾ ਇਹ ਗੇਅਰ ਅਸੀਂ ਬਿਲਕੁਲ ਪੂਰਾ ਹੈਵੀ ਡਿਊਟੀ ਗੇਅਰ ਜਿਹੜਾ ਲਾਉਨੇ ਆ ਜਿਹੜਾ ਤੁਹਾਡੇ ਸਾਹਮਣੇ ਇੱਥੇ ਖੋਲ ਕੇ ਜਿਹੜਾ ਦਿਖਾਇਆ ਗਿਆ ਹੈਗਾ ਇਹ ਪੂਰਾ ਹੈਵੀ ਡਿਊਟੀ ਗੇਅਰ ਹੈ ਇਹ ਮਾਰਕੀਟ ਦੇ ਵਿੱਚ ਹੋਰ ਕੋਈ ਨਹੀਂ ਲਾਉਂਦਾ ਬਾਕੀ ਕੋਈ ਚੇਨ ਸਿਸਟਮ ਹੈ ਜਾਂ ਕੋਈ ਕ੍ਰੋਸ ਸਿਸਟਮ ਨਾਲ ਜਿਹੜਾ ਇਹ ਡਰਾਈਵ ਇਹ ਨੂੰ ਦੇ ਰਹੇ ਨੇ ਲੇਕਿਨ ਅਸੀਂ ਜਿਹੜਾ ਇਹ ਪੂਰਾ ਵਧੀਆ ਪੂਰਾ ਹੈਵੀ ਡਿਊਟੀ ਗੇਅਰ ਹੈ ਜਿਹੜਾ ਇਹ ਕਿਸਾਨਾਂ ਨੂੰ ਦਿੰਨੇ ਆ ਤਾਂ ਕਿ ਜਿਹੜਾ ਇਹ ਸੁਪਰ ਸੀਡਰ ਉਹਨਾਂ ਲਈ ਨਾਲ ਲੌਂਗ ਟਾਈਮ ਚੱਲ ਸਕੇ ਲੰਬਾ ਸਮਾਂ ਕਿਸਾਨਾਂ ਨੂੰ ਜਿਹੜਾ ਇਹ ਸਾਥ ਦਿੰਦਾ ਰਹੇ ਨਾਲ ਹੀ ਨਾਲ ਆਪਾਂ ਗੱਲ ਕਰੀਏ ਜਿਹੜੀਆਂ ਪਿੱਛੇ ਡਿਸਕ ਲੱਗੀਆਂ ਹੋਈਆਂ ਨੇ ਜਿਹੜੀਆਂ ਇਹ ਪਿੱਛੇ ਡਿਸਕ ਲੱਗੀਆਂ ਹੋਈਆਂ ਨੇ ਇਹ ਵੀ ਮਾਰਕੀਟ ਨਾਲੋਂ ਹੈਵੀ ਡਿਊਟੀ ਡਿਸਕ ਲੱਗੀਆਂ ਨੇ 3mm ਦੀਆਂ ਡਿਸਕ ਨੇ ਔਰ 베アリング ਦੀ ਜਿਹੜੀ ਕੁਆਲਿਟੀ ਆ ਉਹ ਵੀ ਅਸੀਂ ਮਾਰਕੀਟ ਨਾਲੋਂ ਬਹੁਤ ਉੱਪਰ ਰੱਖੀ ਹੋਈ ਆ ਤਾਂ ਕਿ ਸਾਡਾ ਮੇਨ ਮਕਸਦ ਮੇਕਿੰਗ ਫਾਰਮ ਇਸ ਸਟਰੋਂਗ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਉਸੇ ਤਰ੍ਹਾਂ ਹੈ ਕਿ ਜਿਹੜਾ ਸੁਪਰ ਸੀਡਰ ਅਸੀਂ ਅੱਜ ਇੱਕ ਕਿਸਾਨ ਨੂੰ ਦੇ ਰਹੇ ਆ ਉਹ ਲੰਮਾ ਸਮਾਂ ਜਿਹੜਾ ਕਿਸਾਨ ਦੇ ਘਰ ਦੀ ਸ਼ਾਨ ਬਣਿਆ ਰਹੇ ਉਹਦੇ ਨਾਲ ਖੇਤ ਦੇ ਵਿੱਚ ਕੰਮ ਕਰਦਾ ਰਹੇ ਜੀ ਬਿਲਕੁਲ ਜੇਕਰ ਕਿਸਾਨ ਵਿਸ਼ਵਾਸ ਕਰਕੇ ਔਨ ਜਗਤਜੀਤ ਤੇ ਹਨਾ ਤਾਂ ਕਿਹੜੀਆਂ ਗੱਲਾਂ ਵਿਸ਼ਵਾਸ ਕਰਨ ਦੇ ਲਾਇਕ ਨੇ ਕਿ ਹਾਂ ਪਹਿਲਾਂ ਵੀ ਹੋਰ ਸੰਦ ਵੀ ਖਰੀਦਦੇ ਆ ਪਰ ਕੁਝ ਜਿਹੜੇ ਨਵੇਂ ਜੋੜਦੇ ਨੇ ਜੋ ਪ੍ਰੋ ਪੰਜਾਬ ਟੀਵੀ ਦੇ ਰਾਹੀਂ ਵੀ ਦੇਖ ਕੇ ਦੇਖ ਕੇ ਆਉਣਗੇ ਕਿ ਐਸੀ ਜਗਤਜੀਤ ਤੁਹਾਡੇ ਕੋਲ ਜਾ ਕੇ ਆਪਣਾ ਡਿਸਕ ਸੀਡਰ ਖਰੀਦਣ ਆਏਗਾ ਤਾਂ ਕਿਹੜੀਆਂ ਗੱਲਾਂ ਤੇ ਆ ਕੇ ਯਕੀਨ ਕਰਨ ਤੁਹਾਡੇ ਦੇਖੋ ਜੀ ਯਕੀਨ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਜਗਤਜੀਤ ਦਾ ਨਾਮ ਹੈ ਜਗਤਜੀਤ ਨੇ ਨਾਮ ਆਪਣੀ ਕੁਆਲਿਟੀ ਦੇ ਸਿਰ ਤੇ ਬਣਾਇਆ ਆਪਣੀ ਜਿਹੜੀ ਦਿਨ ਰਾਤ ਦੀ ਮਿਹਨਤ ਹੈ ਜਿਹਦੇ ਲੋਕ ਕਿਸਾਨਾਂ ਲਈ ਜਿਹੜੇ ਨਵੇਂ-ਨਵੇਂ ਪ੍ਰੋਡਕਟ ਹੈ ਉਹ ਲੈ ਕੇ ਆਂਦੇ ਨੇ ਉਸ ਦੇ ਸਿਰ ਤੇ ਬਣਾਇਆ ਤੇ ਤੀਸਰਾ ਜੇ ਆਪਾਂ ਗੱਲ ਕਰੀਏ ਕੁਆਲਿਟੀ ਦੇ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਸਨ ਅਸੀਂ ਦੇਖਦੇ ਹਾਂ ਕਿ ਕਿਸਾਨ ਨੂੰ ਚੀਜ਼ ਦੇਣੀ ਹੈ ਸਾਨੂੰ ਦੋ ਪੈਸੇ ਘੱਟ ਬਣ ਜਾਣਗੇ ਲੇਕਿਨ ਕਿਸਾਨ ਨੂੰ ਅਸੀਂ ਮਾੜੀ ਚੀਜ਼ ਨਹੀਂ ਦਿੰਦੇ ਜਿਹੜੀ ਮਾਰਕੀਟ ਨਾਲੋਂ ਹਰ ਇੱਕ ਚੀਜ਼ ਅਸੀਂ ਹੈਵੀ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਇਹ ਡਿਸਕ ਹੋ ਗਈਆਂ ਜਿਹੜੀਆਂ ਫਰੰਟ ਡਿਸਕ ਨੇ एच दी गल करदे कर 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 हो ਤੁਸੀਂ ਗੇਰ ਦੀ ਗੱਲ ਕਰਦੇ ਹੋ ਜਿਹੜਾ ਸਾਡਾ ਆਪਣਾ ਅੰਦਰ ਅਸੀਂ ਮੈਨੂਫੈਕਚਰ ਕਰਦੇ ਆਂ ਗੇਰ ਜਿਹੜੇ ਸੀਡ ਔਰ ਜਿਹੜੇ ਫਰਟੀਲਾਈਜ਼ਰ ਦੇ ਪਿਸਤੌਲ ਨੇ ਇਹਨਾਂ ਦੀ ਗੱਲ ਕਰਦੇ ਆਂ ਔਰ ਔਰ ਇੱਕ ਹੋਰ ਤੁਹਾਨੂੰ ਸ਼ਾਨਦਾਰ ਗੱਲ ਦੱਸਾਂ ਜਿਹੜੇ ਵੀ ਸਾਡਾ ਕੋਈ ਹਰ ਇੱਕ ਪ੍ਰੋਡਕਟ ਹੈ ਅਸੀਂ ਉਹ ਜਿਆਦਾ ਤੋਂ ਜਿਆਦਾ ਵੈਲਡਿੰਗ ਲੈਸ ਤਿਆਰ ਕਰਦੇ ਆਂ ਵੈਲਡਿੰਗ ਲੈਸ ਜਿਸ ਤਰ੍ਹਾਂ ਤੁਸੀਂ ਇਹ ਪੂਰੀ ਸ਼ੀਟ ਕਵਰ ਦੇਖ ਰਹੇ ਹੋ ਜਾਂ ਜਿਹੜੀ ਇਹ ਟੈਂਕ ਬਣਿਆ ਹੋਇਆ ਇਹ ਪੂਰੇ ਦਾ ਪੂਰਾ ਇੱਕ ਸ਼ੀਟ ਚੋ ਬੈਂਡ ਪਾ ਕੇ ਬਣਾਇਆ ਗਿਆ ਇਹਦੇ ਵਿੱਚ ਕੋਈ ਵੈਲਡਿੰਗ ਨਹੀਂ ਉੱਪਰਲਾ ਤੁਸੀਂ ਇਹ ਕਵਰ ਦੇਖ ਰਹੇ ਹੋ ਇਹ ਵੈਲਡਿੰਗ ਲੈਸ ਹੈ ਇਹਦੇ ਵਿੱਚ ਕੋਈ ਵੈਲਡਿੰਗ ਨਹੀਂ ਸਿਰਫ ਜਿਹੜਾ ਤੁਸੀਂ ਕਿਤੇ ਬਹੁਤ ਮਾਈਨਰ ਵੈਲਡਿੰਗ ਹੋਊਗੀ ਵੈਲਡਿੰਗ ਲੈਸ ਇੱਕ ਸ਼ੀਟ ਦੇ ਵਿੱਚੋਂ ਬਣਾਉਣਾ ਤਾਂ ਕਿ ਜਦੋਂ ਇੱਕ ਸ਼ੀਟ ਦੇ ਵਿੱਚੋਂ ਬਣੂਗਾ ਉਹਨੇ ਲੌਂਗ ਟਾਈਮ ਚੱਲਣੀ ਆ ਉਹਦੇ ਉਹਦੇ ਜਿਹੜਾ ਵੈਲਡਿੰਗ ਆਉਣੀ ਤਰੇੜ ਆਊਗਾ ਵੈਲਡਿੰਗ ਟੁੱਟੂਗਾ ਨਹੀਂ ਇਸੇ ਤਰ੍ਹਾਂ ਹੀ ਹੈਵੀ ਡਿਊਟੀ ਜਿਹੜਾ ਤੁਸੀਂ ਰੋਟਾਵੇਟਰ ਦੇਖ ਰਹੇ ਹੋ ਇਹ ਪੂਰੀ ਹੈਵੀ ਸ਼ੀਟ ਚੋਂ ਬਣਿਆ ਹੋਇਆ ਹੈਗਾ ਸਾਰੀਆਂ ਚੀਜ਼ਾਂ ਜਿਹੜੀਆਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਸਾਡਾ ਅਸੀਂ ਇੱਕ ਨੰਬਰ 1 ਕੁਆਲਿਟੀ ਦਿੰਨੇ ਆ ਦੂਸਰਾ ਸਰਵਿਸ ਜੇਕਰ ਆਪਾਂ ਸਰ ਇਹਦੇ ਲਈ ਕਿਸਾਨ ਖੁਦ ਗਵਾ ਨੇ ਕਿਸਾਨ ਗਵਾ ਨੇ ਅਸੀਂ ਜਿਹੜੀ ਫੀਲਡ ਸਰਵਿਸ ਹੈ ਉਹ ਕਿਸਾਨਾਂ ਤੱਕ ਮਤਲਬ ਕਿ ਪੂਰੀ ਵਧੀਆ ਸਰਵਿਸ ਜਿਹੜੀ ਸਾਡੀ ਫੀਲਡ ਸਰਵਿਸ ਹੋ ਰਹੀਦੀ ਹੈਗੀ ਸੋਪਨ ਸੀਟਰ ਦੇ ਵਿੱਚ ਜਿਹੜੀਆਂ ਸੀਆਰਐਮ ਦੀ ਜਿਹੜੀ ਸਕੀਮ ਹੈ ਉਸ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਸ ਦੀਆਂ ਗਾਈਡਲਾਈਨਸ ਥਰੂ ਜਿਹੜੀ ਸਾਡੀ ਸਰਵਿਸ ਹੋਊਗੀ ਉਸੇ ਤਰ੍ਹਾਂ ਹੀ ਕਿਸਾਨ ਨੂੰ ਉਹਨਾਂ ਸਮਾਂ ਅਸੀਂ ਸਰਵਿਸ ਦੇਵਾਂਗੇ ਸੁਪਰਸੀਡਰ ਦੀ ਅਜੀਮੋ ਸਾਹਿਬ ਇੱਕ ਸਵਾਲ ਹੋ ਰਿਹਾ ਬੜਾ ਇੰਪੋਰਟੈਂਟ ਹੈ ਜਦੋਂ ਕਿਸਾਨ ਕਹਿੰਦੇ ਕਿ ਸਾਨੂੰ ਸੰਦਾਂ ਤੇ ਸਬਸਿਡੀ ਮਿਲਦੀ ਹੈਗੀ ਹੈ ਹਨਾ ਜਦੋਂ ਤੁਹਾਡੇ ਕੋਲ ਆ ਕੇ ਲੈਣ ਆਉਂਦੇ ਆ ਤਾਂ ਕਈ ਵਾਰ ਐਂ ਕਹਿੰਦੇ ਆ ਕਿ ਜਿਹੜੇ ਤਿਆਰ ਕਰਦੇ ਆ ਜਿਹੜੇ ਇਹਨਾਂ ਨੂੰ ਬਣਾਉਣ ਵਾਲੇ ਹੈਗੇ ਆ ਉਹ ਸਾਨੂੰ ਲੁੱਟ ਲੈਂਦੇ ਆ ਕਿ ਜਦੋਂ ਪਤਾ ਹੁੰਦਾ ਕਿ ਅਸੀਂ ਸਬਸਿਡੀ ਦੇ ਸਾਨੂੰ ਤਾਂ ਮਿਲ ਨਹੀਂ ਮਿਲਣੀ ਆ ਤਾਂ ਉਹਨੇ ਉਹ ਰੇਟ ਚੱਕ ਦਿੰਦੇ ਆ ਨਹੀਂ ਜਿਹੜੀ ਸਬਸਿਡੀ ਦੇਣੀ ਆ ਕਿਸਾਨਾਂ ਨੂੰ ਸਬਸਿਡੀ ਦੇਣੀ ਆ ਇਹ ਗਵਰਨਮੈਂਟ ਜਿਹੜੀ ਸਬਸਿਡੀ ਤੈਅ ਕਰਦੀ ਆ ਤੁਸੀਂ ਸਾਰਾ ਪਲਾਂਟ ਘੋਵੇਂ ਆ ਤੁਸੀਂ ਦੇਖਿਆ ਕਿ ਕਿਦਾਂ ਕਿੰਨੀ ਮਿਹਨਤ ਹੁੰਦੀ ਹੈ ਇੱਕ ਪ੍ਰੋਡਕਟ ਲਈ ਜਿਵੇਂ ਸੁਪਰ ਸੀਡਰ ਦੀ ਗੱਲ ਕਰੀਏ ਆਪਾਂ ਜਾਂ ਕੋਈ ਵੀ ਹੋਰ ਪ੍ਰੋਡਕਟ ਕਰੀਏ ਜਿਹੜੇ ਸਬਸਿਡੀ ਅੰਡਰ ਆਉਂਦੇ ਆ ਇੱਕ ਆਰ ਐਨ ਡੀ ਟੀਮ ਬੈਠਦੀ ਆ ਪੂਰਾ ਉਹਦਾ ਡਿਜ਼ਾਈਨ ਫਾਈਨਲਾਈਜ਼ ਹੁੰਦਾ ਪਹਿਲਾਂ ਆਰ ਐਨ ਡੀ ਟੀਮ ਦੀ ਮਿਹਨਤ ਹੁੰਦੀ ਆ ਉਸ ਤੋਂ ਬਾਅਦ ਕੱਲਾ ਕੱਲਾ ਜਿਹੜਾ ਇਹਦਾ ਪਾਰਟ ਹੈ ਉਹ ਬਣਾਇਆ ਜਾਂਦਾ ਪਾਰਟ ਬਣਨ ਤੋਂ ਬਾਅਦ ਪੇਂਟਿੰਗ ਤੇ ਉਹਦੇ ਬਾਅਦ ਫਿਟਿੰਗ ਤੁਸੀਂ ਸਾਰਾ ਪਲਾਂਟ ਅੱਜ ਘੁੰਮ ਕੇ ਦੇਖਿਆ ਇਸ ਦੇ ਵਿੱਚ ਬਹੁਤ ਮਿਹਨਤ ਹੁੰਦੀ ਆ ਉਸ ਮਿਹਨਤ ਦੇ ਨਾਲ ਨਾਲ ਜਿਹੜੀ ਕਿਸਾਨਾਂ ਨੂੰ ਕੁਆਲਿਟੀ ਦੇਣੀ ਆ ਸਰਵਿਸ ਦੇਣੀ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਧਿਆਨ ਚ ਰ ਜਿਹੜੀ ਕੁਆਲਿਟੀ ਦੇਣੀ ਆ ਉਹ ਸਾਰੀਆਂ ਚੀਜ਼ਾਂ ਧਿਆਨ ਚ ਰੱਖੀਆਂ ਜਾਂਦੀਆਂ ਨੇ ਇੱਕ ਪ੍ਰੋਡਕਟ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਜਿਹੜੀ ਉਹਦੀ ਪਿੱਛੇ ਦੀ ਮਿਹਨਤ ਹੈ ਉਸ ਨੂੰ ਕੋਈ ਨਹੀਂ ਦੇਖਦਾ ਉਹਦੀ ਜਿਹੜੀ ਪਿੱਛੇ ਕਿੰਨਾ ਕੰਮ ਕੀਤਾ ਜਾਂਦਾ ਆਰ ਐਨ ਡੀ ਦੁਆਰਾ ਵਰਕਰਾਂ ਦੁਆਰਾ ਜਿਹੜਾ ਇਹਨਾਂ ਤੁਸੀਂ ਪਿੱਛੇ ਤਾਮਜਮ ਦੇਖਿਆ ਸਾਰਾ ਪੂਰਾ ਇੱਕ ਜਿਸ ਤਰ੍ਹਾਂ ਤੁਸੀਂ ਸਾਡੇ ਵਰਕਰ ਦੀ ਸਟ੍ਰੈਂਥ ਦੇਖ ਲਓ ਇਹ ਸਾਰੀਆਂ ਚੀਜ਼ਾਂ ਇੱਕ ਪ੍ਰੋਡਕਟ ਦੇ ਹੀ ਆ ਕੇ ਹੁੰਦੀਆਂ ਨੇ ਇਹ ਨਹੀਂ ਹੁੰਦਾ ਕਿਸਾਨਾਂ ਨੂੰ ਕਾਫੀ ਵਾਰੀ ਬਹਿਮ ਹੁੰਦਾ ਸਾਡੇ ਨਾਲ ਵੀ ਇਹ ਸਵਾਲ ਹੁੰਦੇ ਨੇ ਕਿਸਾਨਾਂ ਦੇ ਕਿ ਜਿਹੜਾ ਸਬਸਿਡੀ ਲਈ ਹੋਰ ਸਬਸਿਡੀ ਜਿਹੜੀ ਦੇਣੀ ਆ ਉਹ ਗਵਰਨਮੈਂਟ ਨੇ ਦੇਣੀ ਆ ਪ੍ਰੋਡਕਟ ਦਾ ਰੇਟ ਅਲੱਗ ਤੋਂ ਹੀ ਇਹੀ ਹੁੰਦਾ ਜੇਕਰ ਆਪਾਂ ਸਬਸਿਡੀ ਇਸ ਤੇ ਰਹਿਣ ਦੀਏ ਤਾਂ ਵੀ ਪ੍ਰੋਡਕਟ ਦਾ ਰੇਟ ਇਹੀ ਰਹਿਣਾ ਪ੍ਰੋਡਕਟ ਦਾ ਰੇਟ ਉਸ ਦੀ ਪ੍ਰੋਡਕਸ਼ਨ ਕਾਸਟ ਤੇ ਹੀ ਰੱਖਿਆ ਜਾਂਦਾ ਜਿੰਨੀ ਉਸ ਨੂੰ ਬਣਾਉਣ ਤੇ ਪ੍ਰੋਡਕਸ਼ਨ ਤੇ ਕਾਸਟ ਆਈ ਆ ਉਸ ਤੇ ਹੀ ਰੱਖਿਆ ਜਾਂਦਾ ਸਬਸਿਡੀ ਇੱਕ ਅਲੱਗ ਬੈਨੀਫਿਟ ਹੈ ਸਬਸਿਡੀ ਦਾ ਬੈਨੀਫਿਟ ਉਹ ਸਰਕਾਰ ਦੁਆਰਾ ਅਲੱਗ ਤੋਂ ਦਿੱਤਾ ਜਾਂਦਾ ਇਹ ਕਦੇ ਨਹੀਂ ਹੋਊਗਾ ਕਿ ਸਬਸਿਡੀ ਲੈਣ ਲਈ ਜਿਹੜਾ ਪ੍ਰੋਡਕਟ ਦਾ ਰੇਟ ਆ ਉਹ ਵਧਾ ਦਿੱਤਾ ਜਾਊਗਾ ਇਹ ਬਿਲਕੁਲ ਕਿਸਾਨਾਂ ਦੇ ਮਨ ਚ ਵਹਿਮਾਂ ਮੈਂ ਤੁਹਾਡੇ ਚੈਨਲ ਰਾਹੀਂ ਕਿਸਾਨਾਂ ਨੂੰ ਕਹਿਣਾ ਚਾਹੂੰਗਾ ਤੁਸੀਂ ਜਗਤਜੀਤ ਗਰੁੱਪ ਦੀ ਕੁਆਲਿਟੀ ਨੂੰ ਵੇਖਿਆ ਸਰਵਿਸ ਨੂੰ ਵੇਖਿਆ ਤੁਸੀਂ ਜਗਦੀ ਬਾਰੇ ਜਾਣਦੇ ਹੋ ਤੇ ਤੁਸੀਂ ਪ੍ਰੋਡਕਟ ਲੈ ਕੇ ਖੁਦ ਕਹੋਗੇ ਕਿ ਵਾਕਈ ਸਾਨੂੰ ਕੋਈ ਚੀਜ਼ ਦਿੱਤੀ ਆ ਪ੍ਰੋਡਕਟ ਦਿੱਤਾ ਬਿਲਕੁਲ ਜੀ ਕੋਈ ਇਨੇ ਤੇ ਇੱਕ ਰਿ ਪੈਸਾ ਸੀ ਲਗਾ ਵੀ ਲੈਣੇ ਆ ਤੇ ਸਾਡੀ ਲਾਈਫ ਟਾਈਮ ਲਈ ਇੱਕ ਚੀਜ਼ ਬਣ ਜਾਂਦੀ ਆ ਨਾ ਜਿਵੇਂ ਇਹ ਇਹਦੀ ਜਿੱਦਾ ਟਰੈਕਟਰ ਕਹਦੀ ਆ ਵੱਖਰੇ ਵੱਖਰੇ ਉਹਦੇ ਮਾਡਲ ਆਉਂਦੇ ਰਹਿੰਦੇ ਨੇ ਪਰ ਉਹ ਆ ਪੁਰਾਣਾ ਵੀ ਬਹੁਤ ਚੱਲਦਾ ਰਹਿੰਦਾ ਹੈ ਹਾਂਜੀ ਹਾਂ ਪ੍ਰੋਡਕਟ ਦਾ ਜਿਹੜਾ ਹੁੰਦਾ ਉਹਦੇ ਵਿੱਚ ਟਾਈਮ ਟੂ ਟਾਈਮ ਜਿਹੜੇ ਸੁਧਾਰ ਆਉ ਹੁੰਦੇ ਰਹਿੰਦੇ ਨੇ ਜਿਸ ਤਰ੍ਹਾਂ ਸਾਡਾ ਪਹਿਲਾਂ ਜਿਹੜਾ ਟਾਈਮ ਸੀਡਰ ਹੈ ਜਿਹੜਾ ਸੁਪਰ ਸੀਡਰ ਹੈ ਉਹ ਪਹਿਲਾਂ ਸਾਡਾ ਟਾਈਨ ਟਾਈਪ ਸੁਪਰ ਸੀਡਰ ਸੀ ਮਾਰਕੀਟ ਦੇ ਵਿੱਚ ਕਿਸਾਨ ਵੀਰਾਂ ਨੇ ਬਹੁਤ ਪਿਆਰ ਦਿੱਤਾ ਅੱਜ ਵੀ ਚੱਲ ਰਿਹਾ ਹੈ ਹੁਣ ਅਸੀਂ 2022 ਦੇ ਵਿੱਚ ਜਿਹੜਾ ਇਹ ਡਿਸਕ ਟਾਈਪ ਸੁਪਰ ਸੀਡਰ ਹੈ ਇਹ ਲਾਂਚ ਕੀਤਾ ਹੈਗਾ ਇਹ ਟਾਈਮ ਸੀਡਰ ਵੀ ਜਿਹੜਾ ਸਾਡਾ ਉਹ ਰੈਗੂਲਰ ਪ੍ਰੋਡਕਟ ਉਸੇ ਤਰ੍ਹਾਂ ਹੀ ਚੱਲੂਗਾ ਤੇ ਨਾਲ ਨਾਲ ਜਿਹੜਾ ਨਵਾਂ ਡਿਸਕ ਟਾਈਪ ਜਿਹੜਾ ਸੁਪਰ ਸੀਡਰ ਹੈ ਇਹ ਅਸੀਂ ਕਿਸਾਨਾਂ ਨੂੰ ਦੇ ਇਦੇ ਚ ਕੀ ਫਰਕ ਸੀਗਾ ਕਿ ਇਹਦੇ ਨਾਲ ਬਿਜਾਈ ਦੇ ਵਿੱਚ ਕੋਈ ਫਰਕ ਆਉਂਦਾ ਆ? ਨਹੀਂ ਬਿਜਾਈ ਦੇ ਵਿੱਚ ਫਰਕ ਨਹੀਂ ਕਿਸਾਨਾਂ ਦੀ ਡਿਮਾਂਡ ਰਹਿੰਦੀ ਹੈਗੀ ਅਲੱਗ-ਅਲੱਗ ਚੀਜ਼ ਦੀ ਜਿਵੇਂ ਇਹ ਹੁਣ ਸੁਪਰ ਸੀਡਰ ਹੈ ਇਹ ਇਹ ਅਲੱਗ-ਅਲੱਗ ਜਿਹੜੀਆਂ ਮਿੱਟੀ ਹੁੰਦੀ ਆ ਜਿੱਥੇ ਕਿਤੇ ਜ਼ਿਆਦਾ ਮਿੱਟੀ ਜਿੱਥੇ ਸਖਤ ਹੈ ਉਥੇ ਇਹਦੀ ਜਿਹੜੀ ਡਿਸਕ ਨੇ ਪਿੱਛੇ ਉਹ ਹੋਰ ਡੂੰਘੀਆਂ ਚਲੀਆਂ ਜਾਣਗੀਆਂ। ਜਿਹੜੀ ਬਿਜਾਈ ਆ ਉਹ ਹੋਰ ਡੂੰਘੀ ਹੋ ਜਾਊਗੀ। ਜਿਹੜਾ ਟਾਈਮ ਸੀਡਰ ਹੈ ਕਿਤੇ ਨਾ ਕਿਤੇ ਆਪਾਂ ਜੇ ਕਹਿ ਦਈਏ ਕਿਤੇ ਨਾ ਕਿਤੇ ਜਿਹੜਾ ਜ਼ਮੀਨ ਦਾ ਜਿਹੜਾ ਫਰਕ ਹੁੰਦਾਗਾ ਉਸ ਨੂੰ ਦੋਨਾਂ ਚੀਜ਼ਾਂ ਨੂੰ ਨਜਿੱਠਣ ਲਈਏ ਦੋਨੋਂ ਜਿਹੜੇ ਸੁਪਰਸੀਡਰ ਹੈ ਉਹ ਅਲੱਗ-ਅਲੱਗ ਵੇਰੀਐਂਟ ਤੇ ਕੰਮ ਕਰਨਗੇ ਜਦੋਂ ਕਿਸਾਨ ਆਂਦੇ ਰੋ ਉਹਨਾਂ ਦੇ ਲਈ ਤੁਸੀਂ ਡਿਸਕਾਊਂਟ ਵੀ ਰੱਖਦੇ ਹੋ ਜਾਂ ਕੋਈ ਸਪੈਸ਼ਲ ਆਫਰ ਵੀ ਦਿੰਦੇ ਹੋ ਕਿਸਾਨਾਂ ਦੇ ਲਈ ਹਾਂਜੀ ਕਿਸਾਨਾਂ ਦੇ ਲਈ ਸਾਡੀ ਡੀਲਰਸ਼ਿਪ ਦੇ ਉੱਤੇ ਸਾਡੇ 올 ਓਵਰ ਇੰਡੀਆ ਦੇ ਵਿੱਚ ਡੀਲਰਸ ਹੈਗੇ ਨੇ ਡੀਲਰਸ਼ਿਪ ਦੇ ਉੱਤੇ ਹਮੇਸ਼ਾ ਉਹਨਾਂ ਲਈ ਕੋਈ ਨਾ ਕੋਈ ਡਿਸਕਾਊਂਟ ਜਾਂ ਕੋਈ ਨਾ ਕੋਈ ਆਫਰ ਡੀਲਰਸ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਲਗਭਗ ਪੂਰੇ ਇੰਡੀਆ ਦੇ ਵਿੱਚ ਹੀ ਡੀਲਰਸ ਨੇ ਕਿਸਾਨ ਵੀਰ ਕਿਸੇ ਵੀ ਸਾਡੇ ਆਪਦੇ ਨਜ਼ਦੀਕੀ ਡੀਲਰ ਕੋਲ ਜਾ ਕੇ ਜਿਹੜਾ ਉਹ ਸੁਪਰ ਸੀਟਰ ਦੇਖ ਸਕਦੇ ਨੇ ਬੁੱਕ ਕਰ ਸਕਦੇ ਨੇ ਜਾਂ ਜਿਸ ਤਰ੍ਹਾਂ ਹੁਣ ਸਬਸਿਡੀ ਦਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਸਬਸਿਡੀ ਦੇ ਜਿਹੜੇ ਫਾਰਮ ਨੇ ਉਹ ਭਰ ਸਕਦੇ ਨੇ ਡੀਲਰਸ਼ਿਪ ਦੇ ਉੱਤੇ ਇੱਕ ਫ੍ਰੀ ਆਫ ਕਾਸਟ ਹੈ ਜਿਹੜੇ ਫਾਰਮ ਭਰੇ ਜਾਂਦੇ ਨੇ ਕੋਈ ਖਰਚਾ ਨਹੀਂ ਲਿਆ ਜਾਂ ਕਿਸਾਨਾਂ ਤੋਂ ਤੇ ਉਹਨਾਂ ਦੇ ਫਾਰਮ ਭਰਨ ਤੋਂ ਬਾਅਦ ਜਿਹੜੇ ਪ੍ਰੋਡਕਟ ਨੇ ਉਥੇ ਉਹ ਬੁੱਕ ਕਰ ਸਕਦੇ ਨੇ ਦੇਖ ਸਕਦੇ ਨੇ ਬਿਲਕੁਲ ਜੀ ਤੇ ਇਹ ਇਸ ਤੋਂ ਇਲਾਵਾ ਹੋਰ ਕੀ ਕੀ ਤਿਆਰ ਕੀਤਾ ਜਾਂਦਾ ਹੈ ਸੁਪਰ ਸੀਡਰ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਲੇਜ਼ਰ ਲੇਬਲਰ ਸਟ੍ਰਾ ਰੀਪਰ ਸਟ੍ਰਾ ਚਾਪਰ ਜ਼ੀਰੋ ਡ੍ਰਿੱਲ ਐਮਬੀ ਪਲਾਉ ਥਰੇਸ਼ਰਸ ਹੋਰ ਰੇਂਜ ਆਫ ਪ੍ਰੋਡਕਟ ਕਾਫੀ ਰੇਂਜ ਆਫ ਪ੍ਰੋਡਕਟ ਨੇ ਜਿਸ ਤਰ੍ਹਾਂ ਅਸੀਂ ਡੀਐਸਆਰ ਡੀਐਸਆਰ ਪਿੱਛੇ ਜੇ ਤੁਸੀਂ ਦੇਖਿਆ ਜਿਹੜਾ ਡਾਇਰੈਕਟ ਸੀਡਿੰਗ ਰਾਈਸ ਉਹ ਤਿਆਰ ਕੀਤਾ ਜਾਂਦਾ ਔਰ ਜਗਤਜੀਤ ਵੱਲੋਂ ਇੱਕ ਅਸੀਂ ਜਲਦ ਹੀ ਬਹੁਤ ਹੀ ਹੋਰ ਵਧੀਆ ਪ੍ਰੋਡਕਟ ਲੈ ਕੇ ਆ ਰਹੇ ਹਾਂ ਜਿਹੜਾ ਕਿ ਮਲਟੀ ਕ੍ਰੌਪ ਡੀਐਸਆਰ ਹੈ ਸੋ ਹੁਣ ਇਹਦੇ ਪਿੱਛੇ ਮਿਹਨਤ ਕਿੰਨੀ ਹੈ ਤਾਂ ਇਹ ਕੋਈ ਐਵੇਂ ਤਿਆਰ ਇੱਕੋ ਰਾਤ ਵਿੱਚ ਨਹੀਂ ਹੋਇਆ ਇੱਕੋ ਰਾਤ ਵਿੱਚ ਨਹੀਂ ਹੋਇਆ ਜੀ ਮਿਹਨਤ ਕਿੰਨੀ ਲੱਗੀ ਹੈ ਸੋ ਅਸੀਂ ਪੂਰੀ ਜਿਹੜੀ ਮਿਹਨਤ ਦੀ ਕਹਾਣੀ ਹੈ ਉਹ ਵੀ ਜ਼ਰੂਰ ਅਸੀਂ ਜਾਣਾਂਗੇ ਕਿ ਇਹ ਜੋ ਇੰਨਾ ਵੱਡਾ ਇਸ ਵੇਲੇ ਗਰੁੱਪ ਖੜਾ ਕੀਤਾ ਹੋਇਆ ਹੈ ਤਾਂ ਇਹ ਕਿਸ ਤਰੀਕੇ ਨਾਲ ਖੜਾ ਹੋਇਆ ਇੱਕ ਕਰਮਚਾਰੀ ਕਿੱਥੋਂ ਉੱਠ ਕੇ ਆਇਆ ਔਰ ਇੰਨੇ ਕਰਮਚਾਰੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਫਿਰ ਘਰ ਘਰ ਹਰ ਖੇਤ ਵਿੱਚ ਇੰਨੇ ਜਿਹੜੇ ਸੰਦ ਨੇ ਉਹ ਪਹੁੰਚਾਏ ਨੇ ਸੋ ਅਸੀਂ ਉਹਨਾਂ ਬਾਰੇ ਜਿਹੜਾ ਜ਼ਿਕਰ ਕਰਾਂਗੇ ਸਾਡੇ ਨਾਲ ਬਲਬੀਰ ਸਿੰਘ ਜੀ ਮੌਜੂਦ ਨੇ ਤਾਂ ਇਹ ਜਗਤਜੀਤ ਹੋਣਾ ਦੇ ਬਿਲਕੁਲ ਕਹਿੰਦੇ ਦਿਲ ਦੇ ਨੇੜੇ ਦੀਆਂ ਤਕਰੀਬੀਆਂ ਦੇ ਕੋਲੋਂ ਅੱਜ ਪੁੱਛਾਂਗੇ ਸਵਾਗਤ ਹੈ ਪ੍ਰੋ ਪੰਜਾਬ ਤੇ ਜੈ ਸ਼ਸ਼ੀ ਗੱਲ ਜੀ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਕਿ ਤੁਸੀਂ ਸਾਡੀ ਫੈਕਟਰੀਜ਼ ਦਾ ਇੱਥੇ ਵਿਜ਼ਿਟ ਕੀਤਾ ਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਗਤਜੀਤ ਕੀ ਸਰਵ ਕਰ ਰਿਹਾ ਕਿਸਾਨਾਂ ਲਈ ਬਿਲਕੁਲ ਜੀ ਜੇ ਇਹਨਾਂ ਦਾ ਆਪ ਸਟਰਗਲ ਦੀ ਗੱਲ ਕਰੀਏ ਤਾਂ ਅੰਕਲ ਨੂੰ ਮੈਂ ਬਹੁਤ ਟਾਈਮ ਤੋਂ ਜਗਤ ਦਾ دوست ਹਾਂ ਜੀ ਮੈਂ ਸਾਡੀ तकरीबन 25 ਸਾਲ ਤੋਂ ਦੋਸਤੀ ਹੈ ਤੇ ਉਦੋਂ ਇਹਨਾਂ ਦਾ ਸਟਰਗਲ ਪੀਰੀਅਡ ਚੱਲ ਰਿਹਾ ਸੀਗਾ ਪਹਿਲਾਂ ਅੰਕਲ ਨੇ ਪੱਥਰ ਦਾ ਕੰਮ ਕੀਤਾ ਸਟਾਰਟਿੰਗ ਚ ਉਸ ਤੋਂ ਬਾਅਦ ਇਹਨਾਂ ਨੇ ਪਹਿਲਾ ਜਿਹੜੇ ਬੋਰਿੰਗ ਮਸ਼ੀਨ ਹੁੰਦੀ ਹੈ ਨਾ ਉਹ ਪਹਿਲਾਂ ਹੱਥ ਨਾਲ ਬੋਰ ਲਾਏ ਜਾਂਦੇ ਸੀਗੇ ਉਹ ਅੰਕਲ ਨੇ ਇੱਕ ਦਿਨ ਨਲਕਾ ਬਾਰੇ ਘਰੇ ਨਲਕਾ ਲਾ ਰਹੇ ਸੀ ਸੋਚਿਆ ਵੀ ਇੰਨਾ ਔਖੇ ਹੋ ਰਹੇ ਨੇਗੇ ਤੇ ਕਿਉਂ ਨਾ ਇਹਨੂੰ ਕੋਈ ਸੌਖਾ ਕੀਤਾ ਜਾਵੇ ਕੋਈ ਮਿਸਤਰੀ ਦਾ ਦਿਮਾਗ ਜਿਹੜਾ ਉਹ ਇੱਕ ਟੈਕਨੀਕਲ ਬੰਦੇ ਦਾ ਉਹਨੇ ਟੈਕਨੀਕ ਹੀ ਸੋਚਣੀ ਆ ਤਾਂ ਉਹਨਾਂ ਨੇ ਸੋਚਿਆ ਉਹਨਾਂ ਨੇ ਇਨਵੈਂਟ ਕੀਤੀ ਮਸ਼ੀਨ ਬੋਰਿੰਗ ਮਸ਼ੀਨ ਜਿਹੜੀ ਬੋਰਿੰਗ ਮਸ਼ੀਨ ਅੱਜ ਅਸੀਂ ਖੇਤਾਂ ਚੱਲਦੀ ਦੇਖਦੇ ਆ ਉਹ ਸਾਡੇ ਅੰਕਲ ਧਰਮ ਸਿੰਘ ਸਾਨੂੰ ਬਹੁਤ ਪ੍ਰਾਊਡ ਆ ਇਸ ਗੱਲ ਦਾ ਉਹ ਸਾਡੇ ਅੰਕਲ ਧਰਮ ਸਿੰਘ ਦੀ ਖੋਜ ਕੀਤੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਉਹ ਚੱਲਦਾ ਚੱਲਦਾ ਚਲੋ ਇੱਕ ਮਸ਼ੀਨ ਬਣਾਈ ਦੋ ਮਸ਼ੀਨਾਂ ਬਣਾਈਆਂ ਬੜਾ ਸਟਰਗਲ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਜਦੋਂ ਉਹ ਪ੍ਰੋਡਕਟ ਲੋਕਾਂ ਤੱਕ ਪਹੁੰਚਿਆ ਤਾਂ ਫੇਰ ਤਾਂ ਬਸ ਪ੍ਰਮਾਤਮਾ ਨੇ ਇਹ ਜੀ ਸੁਣੀ ਤੇ ਕਿਉਂ ਉਹਦੇ 'ਚ ਕਾਬਲੀਅਤ ਸੀ ਪ੍ਰੋਡਕਟ 'ਚ ਕੁਆਲਿਟੀ ਸੀ ਤੇ ਲੋਕਾਂ ਨੂੰ ਇਹ ਹੋ ਗਿਆ ਕਿ ਹਾਂ ਵੀ ਚੀਮਾ 'ਚ ਕੋਈ ਮਿਸਤਰੀ ਬੈਠਾ ਹੈ ਜਿਹੜਾ ਕੁਝ ਵੀ ਬਣਾ ਸਕਦਾ ਤੇ ਕੰਮ ਬਾਦਾਂ ਬਾਦਾਂ ਫਿਰ ਬੋਰਿੰਗ ਮਸ਼ੀਨ ਦਾ ਕੰਮ ਬਹੁਤ ਉੱਚੇ ਪੱਧਰ ਤੱਕ ਚਲਾ ਗਿਆ ਵਧੀਆ ਚਲੋ ਰੱਬ ਨੇ ਸੁਣ ਲਈ ਪਹਿਲਾਂ ਬਸ ਸਟੈਂਡ ਤੇ ਛੋਟੀ ਜੀ ਫੈਕਟਰੀ ਸੀ ਕਿ ਉਸ ਤੋਂ ਬਾਅਦ ਇੱਥੇ ਸਵਾ ਏਕੜ ਚ ਆ ਕੇ ਇਸ ਜਿਸ ਪਲਾਂਟ ਚ ਹੁਣ ਆਪਾਂ ਖੜੇ ਆ ਸਵਾ ਏਕੜ ਤੋਂ ਸ਼ੁਰੂ ਹੋਈ ਹੋਈ ਹੈ ਜੀ ਸਵਾ ਏਕੜ ਚ ਪਲਾਂਟ ਸ਼ੁਰੂ ਕੀਤਾ ਤੇ ਫਿਰ ਇੱਥੇ ਨਾਲ-ਨਾਲ ਸਾਡੇ ਜਿਹੜੇ ਧਰਮ ਸਿੰਘ ਜੀ ਦੇ ਵੱਡੇ ਬੇਟੇ ਨੇ ਮਨਜੀਤ ਸਿੰਘ ਉਹ ਵੀ ਬੜੇ ਬਾ ਕਮਾਲ ਟੈਕਨੀਕਲ ਨੇ ਜੀ ਉਹਨਾਂ ਨੇ ਫਿਰ ਕਰੇ ਆਪਸ ਸਲਾਹ ਕੀਤੀ ਕਿ ਆਪਾਂ ਕਿਉਂ ਨਾ ਕੋਈ ਨਾਲ ਜਿਹੜੇ ਐਗਰੀਕਲਚਰ ਦੇ ਹੋਰ ਪ੍ਰੋਡਕਟਸ ਨੇ ਉਹਨਾਂ ਨੂੰ ਵੀ ਲਾਂਚ ਕਰੀਏ ਉਹ ਵੀ ਬਣਾਈਏ ਕਿਸਾਨਾਂ ਲਈ ਤਾਂ ਕਿ ਕਿਸਾਨਾਂ ਦੀ ਜਾਨ ਹੋਰ ਸੌਖੀ ਹੋ ਸਕੇ ਉਹਨਾਂ ਨੂੰ ਸੁਵਿਧਾ ਮਿਲ ਸਕਣ ਤਾਂ ਉਹਨਾਂ ਨੇ ਫਿਰ ਨਾਲ ਹੌਲੀ ਹੌਲੀ ਸਾਰਾ ਕੁਝ ਬਣਾਉਣਾ ਸ਼ੁਰੂ ਕੀਤਾ ਤਾਂ ਪ੍ਰੋਡਕਟ ਇੱਕ ਬੋਰਿੰਗ ਮਸ਼ੀਨ ਤੋਂ ਵੱਧ ਕੇ ਕਈ ਪ੍ਰੋਡਕਟ ਹੋ ਗਏ ਇਸ ਫੈਕਟਰੀ 'ਚ ਬਣਨ ਲੱਗ ਗਏ ਤੇ ਕੁਆਲਿਟੀ ਇਹੋ ਜਿਹੀ ਹੈ ਮਤਲਬ ਜਗਤਜੀਤ ਦੀ ਕਿ ਕੋਈ ਵੀ ਉਂਗਲ ਖੜੀ ਪੂਰੇ ਇੰਡੀਆ 'ਚ ਤਾਂ ਛੱਡੋ ਤੁਸੀਂ ਅੱਜ ਹੁਣ ਅਸੀਂ ਐਕਸਪੋਰਟ ਵੀ ਕਰ ਰਹੇ ਨੇ ਇਹ ਤੇ ਬਾਹਰ ਵੀ ਜਾ ਰਹੀ ਹੈ ਕਈ ਦੇਸ਼ਾਂ ਚ ਇਥੋਂ ਮਸ਼ੀਨਰੀ ਬਣ ਕੇ ਬਾਹਰ ਵੀ ਜਾ ਰਹੀ ਹੈ ਤੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਕਿ ਜਗਤਜੀਤ ਚ ਆ ਵੇਲੇ ਆ ਸਾਨੂੰ ਨੁਕਸ ਨਿਕਲੇ ਜੀ 22 ਦੀ ਵੇ ਕੋਈ ਕਿਤੇ ਕੰਪਲੇਂਟ ਆਉਂਦੀ ਵੀ ਹੈ ਤਾਂ ਉਹ ਵੀ ਅਸੀਂ ਫ੍ਰੀ ਸਰਵਿਸ ਦਿੰਨੇ ਆ ਇਥੋਂ ਸਾਡੇ ਬੰਦੇ ਜਾਂਦੇ ਨੇ ਉਹ ਫ੍ਰੀ ਸਰਵਿਸ ਕਰਕੇ ਆਉਂਦੇ ਨੇਗੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਜਾਂ ਪ੍ਰੋਬਲਮ ਨਾ ਆਵੇ ਕਿੰਨੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਸ਼ੁਰੂਆਤ ਕਿਹੜੇ ਸਾਲ ਚ ਹੋਈ ਸੀ ਹਾਂ 83 ਤੋਂ ਸਟਾਰਟ ਕੀਤਾ ਸੀ ਜੀ ਅੰਕਲ ਨੇ ਤੇ 83 ਤੋਂ ਬਾਅਦ ਹੌਲੀ-ਹੌਲੀ ਜਦੋਂ ਇੱਕ ਕਹਿੰਦੇ ਆਪਾਂ ਅੱਜ ਪੀਕ ਟਾਈਮ ਹੈ ਪਰ ਇੱਕ ਜਦੋਂ ਗੱਡੀ ਲਾਈਨ ਤੇ ਜਿਹੜੀ ਆ ਤਾਂ ਉਹ ਤਕਰੀਬਨ 2000 ਸੰ 2000 ਦੀ ਗੱਲ ਹੈ ਜੀ 2000 ਦੇ ਵਿੱਚ ਗੱਡੀ ਕੁਝ ਲਾਈਨ ਤੇ ਚੜ ਗਈ ਜਦੋਂ ਬੋਰਿੰਗ ਮਸ਼ੀਨ ਦੀ ਬਹੁਤ ਜ਼ਿਆਦਾ ਚਰਚਾ ਪੂਰੇ ਭਾਰਤ 'ਚ ਹੋ ਰਹੀ ਸੀ ਕੁਝ ਸਟੇਟਸ ਆਏ ਜਿਹਾ ਨੇ ਜਿੱਥੇ ਬਰਮਾ ਨਹੀਂ ਕੰਮ ਕਰਦਾ ਉੱਥੇ ਸਿਰਫ ਬੋਰਿੰਗ ਮਸ਼ੀਨ ਹੀ ਚੱਲਦੀ ਹੈ ਉੱਥੇ ਫਿਰ ਜਗਤਜੀਤ ਜਗਤਜੀਤ ਹੋਣ ਲੱਗੀ ਇਦਾਂ ਜਿੱਦਾਂ ਆਪਾਂ ਤੁਸੀਂ ਮੈਂ ਨਾਲ ਜਾਂਦਾ ਰਿਆਂ ਜਗਤ ਦੇ ਜਿੱਦਾਂ ਲੋਕ ਦੇਵਤੇ ਦੀ ਪੂਜਾ ਕਰਦੇ ਨੇ ਨਾ ਜੀ ਉਧਰਲੇ ਲੋਕ ਐਦਾਂ ਇਹਨਾਂ ਨੂੰ ਸਨਮਾਨ ਦਿੰਦੇ ਨੇ ਐਦਾਂ ਇਹਨਾਂ ਦਾ ਪਿਆਰ ਸਤਕਾਰ ਇਹਨਾਂ ਕਰਦੇ ਨੇ ਇਹਨਾਂ ਨੂੰ ਕਿ ਇਹਨਾਂ ਨੇ ਸਾਨੂੰ ਧਰਤੀ ਚੋਂ ਪਾਣੀ ਕੱਢ ਕੇ ਪੀਣਯੋਗ ਕੀਤਾ ਹੈਗਾ ਨਹੀਂ ਤਾਂ ਉੱਥੇ ਪਹਿਲਾਂ ਬੋਰ ਨਹੀਂ ਸੀ ਟੂਬਵੈਲ ਨਹੀਂ ਸੀ ਲੋਕ ਬੜੇ ਬਹੁਤ ਜ਼ਿਆਦਾ ਤੰਗ ਹੁੰਦੇ ਸੀ ਜੀ ਕ੍ਰੀਸੀ ਗੱਲ ਕਰੀਏ ਜਿਵੇਂ ਹੁਣ ਇਹ ਬਹੁਤ ਵੱਡਾ ਖੜਾ ਹੋਇਆ ਗਰੁੱਪ ਹਨਾ ਮੇਨ ਤਾਂ ਸਟਰਗਲ ਜਿਹੜੀ ਸ਼ੁਰੂ ਤੋਂ ਇੱਕ ਬੋਕੀ ਤੋਂ ਕੀਤੀ ਗਈ ਤੇ ਉਸ ਤੋਂ ਬਾਅਦ ਦੇਖੋ ਕਿੱਥੇ ਤੱਕ ਪਹੁੰਚ ਗਿਆ ਅੱਜ ਸਾਰੇ ਸੰਧ ਜਿਹੜੇ ਖੇਤੀ ਤੇ ਬੁਰਨ ਲੱਗੇ ਨੇ ਹਨਾ ਤਾਂ ਫਿਰ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਉਦੋਂ ਜਦੋਂ ਇੱਕ ਕਹਿੰਦੇ ਕਿ ਉਹ ਬੋਕੀ ਵਾਲੇ ਤੋਂ ਬਾਅਦ ਲੱਗੇ ਵਕਰੀ ਵਕਰੀ ਚੀਜ਼ਾਂ ਆਣ ਲੱਗੀਆਂ ਹਨਾ ਤਾਂ ਬੱਚਿਆਂ ਨੇ ਵੀ ਆ ਕੇ ਮਿਹਨਤ ਕਰਨੀ ਸ਼ੁਰੂ ਫਿਰ ਕਿੰਨੇ ਕ ਕਰਮ ਚਾ ਰਹੀ ਇੱਥੇ ਜਿਹੜੀ ਹੈ ਉਹ ਕੰਮ ਕਾਜ ਕਰਦੇ ਨੇ ਫਿਰ ਇਹ ਵੀ ਸਾਨੂੰ ਹੁੰਦਾ ਕਿ ਚਾਹੇ ਬੇਸ਼ੱਕ ਅਸੀਂ ਛੋਟੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਹੈ ਪਰ ਸਰਕਾਰ ਇੱਥੇ ਉਹਨਾਂ ਲੋਕਾਂ ਦੀ ਮਦਦ ਤਾਂ ਕਰੇ ਜ਼ਰੂਰ ਮੈਨੂੰ ਪਤਾ ਹੈ ਜੀ ਜਦੋਂ ਮਨਜੀਤ ਜਗਤ ਇਹਨਾਂ ਕੋਲ ਮਰੂਤੀ ਕਾਰ ਹੁੰਦੀ ਸੀ ਤੇ ਮਨਜੀਤ ਕਾਰ ਚਲਾਉਂਦਾ ਵੀ ਡਿਜ਼ਾਈਨਿੰਗ ਬਾਰੇ ਸੋਚਦਾ ਰਹਿੰਦਾ ਸੀ ਮੈਨੂੰ ਯਾਦ ਨੇ ਉਹ ਦਿਨ ਉਹ ਗੱਲਾਂ ਵੀ ਉਹ ਕਾਰ ਚਲਾਉਂਦਾ ਵੀ ਯਾਰ ਇੱਥੋਂ ਐ ਕੀਤਾ ਜਾ ਸਕਦਾ ਇੱਥੋਂ ਐ ਮਰੂਤੀ ਵਾਲਿਆਂ ਚ ਵੀ ਨੁਕਸ ਘਟਦਾ ਰਹਿੰਦਾ ਸੀ ਮਰੂਤੀ ਵਾਲਿਆਂ ਨੇ ਯਾਰ ਆ ਚੀਜ਼ ਇੱਥੇ ਗਲਤ ਬਣਾਤੀ ਐ ਹੋਣੀ ਚਾਹੀਦੀ ਸੀ ਮੇਰੇ ਅੱਕੀ ਮੇਰੇ ਮਤਲਬ ਆਪ ਦੇਖੀਏ ਜੀ ਮੈਂ ਅਸੀਂ ਲੇ ਟੂਰ ਤੇ ਗਏ ਸੀ ਸਾਈਕਲਿੰਗ ਕਰਦੇ ਸੀ ਮੈਂ ਤੇ ਮਨਜੀਤ ਤੇ ਉੱਥੇ ਇਹਨਾਂ ਨੂੰ ਫੋਰਡ ਵਾਲਿਆਂ ਦਾ ਫੋਨ ਆਇਆ ਕਹਿੰਦੇ ਜੀ ਸਾਡਾ ਕਲਚ ਨਹੀਂ ਸਹੀ ਹੋਰੇ ਫੋਰਡ ਬਹੁਤ ਵੱਡੀ ਕੰਪਨੀ ਆ ਫੋਰ ਟਰੈਕਟਰ ਬਣਾਉਂਦੇ ਨੇ ਜਿਹੜੇ ਤੇ ਉਹਨਾਂ ਨੇ ਮਤਲਬ ਫਿਰ ਮਨਜੀਤ ਨੂੰ ਰਿਕਵੈਸਟ ਕੀਤੀ ਵੀ ਸਾਡੇ ਕਲੱਚ ਸਹੀ ਕਰੋ ਤੁਸੀਂ ਅਸੀਂ ਸੁਣਿਆ ਤੁਹਾਡੇ ਕੋਲ ਬਾ ਕਮਾਲ ਦਿਮਾਗ ਹੈ ਮੈਂ ਤੁਹਾਨੂੰ ਛੋਟੇ ਸੁਣਾਉਂਗਾ ਜਿਆਦਾ ਲੰਬਾ ਨਹੀਂ ਲੈ ਜਾਂਦਾ ਤਾ ਮਨਜੀਤ ਨੇ ਦੋ ਦਿਨ ਉਹ ਟਰੈਕਟਰ ਤੇ ਲੱਗਿਆ ਰਿਹਾ ਜੀ ਉਹਨਾਂ ਦਾ ਕਲਚ ਸਹੀ ਕਰਕੇ ਦਿੱਤਾ ਉਹਨਾਂ ਨੇ ਬੜਾ ਧੰਨਵਾਦ ਕੀਤਾ ਤੇ ਬਲੈਂਕ ਚੈੱਕ ਰੱਖਤਾ ਮਨਜੀਤ ਅੱਗੇ ਕਹਿੰਦੇ ਭਰ ਲਓ ਜਿੰਨੇ ਭਰਨੇ ਨੇ ਜੀ ਤੁਸੀਂ ਸਾਡਾ ਬਹੁਤ ਵੱਡਾ ਕੰਮ ਕੀਤਾ ਮਨਜੀਤ ਕਹਿੰਦਾ ਮੈਂ ਕੰਮ ਪੈਸੇ ਲਈ ਨਹੀਂ ਕੀਤਾ ਮੈਂ ਪੈਸੇ ਲਈ ਕੰਮ ਨਹੀਂ ਕਰਦਾ ਮੈਂ ਆਪਣੀ ਆਤਮਾ ਦੀ ਸ਼ਾਂਤੀ ਲਈ ਆਪਣੀ ਰੂਹ ਦੀ ਸ਼ਾਂਤੀ ਲਈ ਕੰਮ ਕਰਦਾ ਉਹੀ ਸੇਮ ਨੇਚਰ ਜਗਤ ਦੀ ਹੈ ਉਹੀ ਸੇਮ ਨੇਚਰ ਅੰਕਲ ਦੀ ਹੈ ਬੜਾ ਸੰਤ ਸੁਭਾਅ ਹੈ ਇਹਨਾਂ ਦੇ ਪਰਿਵਾਰ ਦਾ ਜੀ ਇਲਾਕੇ ਨੂੰ ਇੰਨੀ ਜ਼ਿਆਦਾ ਦੇਣ ਹੈ ਕੋਈ ਵੀ ਮੁਸੀਬਤ ਲੱਗੇ ਚਾਹੁੰਦੀ ਹੈ ਸਭ ਤੋਂ ਪਹਿਲਾਂ ਜਗਤਜੀਤ ਗਰੁੱਪ ਖੜਾ ਹੁੰਦਾ ਹੈ ਕਰੋਨਾ ਆਇਆ ਸੀ ਚਲੋ ਪ੍ਰਮਾਤਮਾ ਇਹ ਜੀ ਭੈਣਕ ਬਿਮਾਰੀ ਕਦੇ ਦੁਬਾਰਾ ਨਾ ਲਿਆਵੇ ਪਰ ਜਿੰਨਾ ਚਿਰ ਲਾਕਡਾਊਨ ਰਿਹਾ ਕਿਸੇ ਵੀ EMPLOYE ਨੂੰ ਤਨਖਾਹ ਨਹੀਂ ਬੰਦ ਹੋਈ ਜੀ ਉਹਨਾਂ ਦੇ ਘਰ ਰਸਣ ਪਹੁੰਚਦਾ ਰਿਹਾ ਇਸ ਤੋਂ ਬਿਨਾ ਪੂਰਾ 1 ਕਰੋੜ ਰੁਪਏ ਦਾ ਰਸਣ ਪੂਰੇ 25 ਪਿੰਡਾਂ 'ਚ ਵੰਡਿਆ ਗਿਆ ਤਾਂ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਲੋਕ ਇਹ ਨਾ ਕਹਿਣ ਵੀ ਇੱਥੇ ਜਗਤਜੀਤ ਵਰਗੀ ਇੰਡਸਟਰੀ ਬੈਠੀ ਸੀ ਤੇ ਪਰ ਲੋਕ ਭੁੱਖੇ ਮਰ ਗਏ ਬਿਲਕੁਲ ਜਿੱਕਰ ਗੱਲ ਕਰੀ ਅੱਜ ਅਸੀਂ ਲੰਘਦੇ ਸੀਗੇ ਆਮ ਤੌਰ ਤੇ ਜਿਹੜੇ ਵੀ ਅਸੀਂ ਦੇਖੀ ਐ ਇੰਡਸਟਰੀਆਂ ਸ਼ਹਿਰਾਂ ਚ ਵੱਡੇ ਵੱਡੇ ਸ਼ਹਿਰਾਂ ਚ ਜਾ ਕੇ ਲਗਾਉਂਦੇ ਨੇ ਕਿਸਾਨ ਨੂੰ ਇੱਥੋਂ ਫਾਇਦਾ ਵੀ ਹੋਏਗਾ ਸ਼ਹਿਰਾਂ ਚ ਲੋਕ ਆਉਂਦੇ ਵੀ ਪਿੰਡਾਂ ਚ ਲੋਕੀ ਮੂੰਹ ਨਹੀਂ ਕਰਦੇ ਹੈਗੇ ਅਸੀਂ ਸੜਕ ਤੋਂ ਲੰਘ ਰਹੇ ਕਿ ਬੜਾ ਵੱਡਾ ਬਾਕਮਾਲ ਕਿੰਨੀਆਂ ਚੀਜ਼ਾਂ ਖੜੀਆਂ ਹੋਈਆਂ ਨੇ ਹਨਾ ਸਾਡੀ ਗੱਡੀ ਨੇ ਬ੍ਰੇਕ ਇੱਥੇ ਮਾਰ ਲੀਆਂ ਦੇ ਕੇ ਤੇ ਜਿੱਦਾਂ ਜੇ ਅਸੀਂ ਗੱਲ ਕਰੀਏ ਤੇ ਇਹ ਇੱਕ ਖਾਸ ਤੌਰ ਤੇ ਛੀਮੇ ਨੂੰ ਕਿਉਂ ਚੁਣਿਆ ਕਿ ਪਿੰਡ ਚ ਇੰਡਸਟਰੀ ਜਿਹੜੀ ਲਾਉਣੀ ਹੈਗੀ ਆ ਇਹ ਇੱਥੋਂ ਜੜ ਲੱਗੀ ਜੀ ਅੰਕਲ ਉਹਨਾਂ ਦਾ ਕਰਮ ਭੂਮੀ ਇਹ ਹੈ ਤੇ ਬੜੇ ਇਹਨਾਂ ਕੋਲ ਦੇਖੋ ਆਪਸ਼ਨਸ ਬਹੁਤ ਨੇ ਕਿਤੇ ਵੀ ਜਾ ਕੇ ਇੰਡਸਟਰੀ ਲਾ ਸਕਦੇ ਨੇ ਪਰਮਾਤਮਾ ਨੇ ਜਿਨ੍ਹਾਂ ਦੀ ਬਾਹ ਫੜੀ ਹੋਈ ਹੈ ਕਿਤੇ ਵੀ ਜਾ ਕੇ ਆਪਦਾ ਕੰਮ ਸੈਟਲ ਕਰ ਸਕਦੇ ਨੇ ਪਰ ਇਹਨਾਂ ਨੇ ਪ੍ਰਾਇੋਰਟੀ ਚੀਮੇ ਨੂੰ ਦਿੱਤੀ ਹੋਈ ਹੈ ਇਹਨਾਂ ਦਾ ਮੇਨ ਜਿਹੜਾ ਮੇਨ ਪਲਾਂਟ ਹੈ ਉਹ ਚੀਮੇ ਦੇ ਵਿੱਚ ਹੀ ਚੱਲ ਰਿਹਾ ਹੈ ਉਹਦਾ ਰੀਜ਼ਨ ਇਹੀ ਹੈ ਕਿ ਉਹ ਆਪਣੀ ਜਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਆਪਣੀ ਗਰਾਊਂਡ ਨੂੰ ਨਹੀਂ ਛੱਡਣਾ ਚਾਹੁੰਦੇ ਉਹ ਹਮੇਸ਼ਾ ਇਹਨਾਂ ਲੋਕਾਂ ਵਿੱਚ ਰਹਿ ਕੇ ਖੁਸ਼ ਨੇ ਇਹਨਾਂ ਇਲਾਕੇ 'ਚ ਇਸ ਇਲਾਕੇ 'ਚ ਰਹਿ ਕੇ ਇਸ ਇਲਾਕੇ ਨੂੰ ਸਰਵ ਕਰਕੇ ਖੁਸ਼ ਨੇ ਸਾਡੇ ਇੱਥੇ ਕਈ ਵਰ ਸੀਈਓ ਇੱਕ ਹੁੰਦੀ ਹੈ ਪੋਸਟ ਉਹ ਜਦੋਂ ਕਿ ਨਵਾਂ ਆਉਂਦਾ ਤਾਂ ਉਹ ਕਹਿੰਦਾ ਜੀ ਬਹੁਤ ਵੱਡੀ ਹੋਊਗੀ ਇੰਡਸਟਰੀ ਹੁਣ ਆਪਾਂ ਥੋੜਾ ਜਿਹਾ ਸਟੈਂਡਰਡ ਬਣਾ ਲਈਏ ਤੁਸੀਂ ਲੋਕਾਂ ਨੂੰ ਨਾਮ ਮਿਲਿਆ ਜੁਲਿਆ ਕਰੋ ਥੋੜਾ ਜਿਹਾ ਮਾਲਕਾਂ ਵਾਲਾ ਸਟੈਂਡਰਡ ਰੱਖੋ ਪਰ ਉਹ ਅੰਕਲ ਕਹਿੰਦੇ ਨੇ ਨਹੀਂ ਜੀ ਸਾਡੇ ਲੋਕ ਨੇ ਸਾਥ ਹੋਏ ਨਹੀਂ ਹੋਣਾ ਅਸੀਂ ਕਿਸੇ ਨੂੰ ਮਿਲਣ ਚ ਜਾ ਉਹ ਨਹੀਂ ਏਦਾਂ ਦੀ ਕੋਈ ਮਤਲਬ ਪਾੜਵਾਜੀ ਆਪਾਂ ਪੰਜਾਬੀ ਚ ਕਹਿੰਦੀ ਹੈ ਵੀ ਜਾ ਹੋਸ਼ਾਪਨ ਨਹੀਂ ਦਿਖਾ ਸਕਦੇ ਮੇਰੇ ਆਪਦੇ ਲੋਕ ਨੇ ਮੈਨੂੰ ਜਦੋਂ ਮਰਜ਼ੀ ਮਿਲਣ ਜਦੋਂ ਮਰਜ਼ੀ ਬਾਹਰ ਫੜ ਕੇ ਖੜਾ ਲੈਣ ਜਦੋਂ ਮਰਜ਼ੀ ਬੁਲਾਉਣ ਹਾਂਜੀ ਜਦੋਂ ਉਸੇ ਉਹ ਗੱਲ ਕਰੀਏ ਬਹੁਤ ਸਾਰੇ ਜੋ ਕਿਸਾਨ ਆਉਂਦੇ ਨੇ ਤੇ ਕਈ ਵਾਰ ਕਿਸਾਨ ਕਹਿੰਦੇ ਕਿ ਜਦੋਂ ਹੁਣ ਨਾਲ ਡੀਲਿੰਗ ਸ਼ੁਰੂ ਹੋ ਜਾਂਦੀ ਹੈ ਉਹ ਕਹਿੰਦੇ ਕਿ ਚਲੋ ਆਪਾਂ ਐ ਕਰਦੇ ਹਾਂ ਕਿ ਸਾਨੂੰ ਥੋੜਾ ਜਿਹਾ ਰਾਇਤ ਜਿਹੜਾ ਮਿਲੇ ਹੈ ਨਾ ਕਿ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਇਹ 5 ਲੱਖ ਦੀ ਆ 2.5 ਲੱਖ ਦੀ ਆ 2 ਲੱਖ ਦੀ ਜਿੰਨੇ ਦੀ ਮਰਜ਼ੀ ਹੋਵੇ ਉਹ ਕਹਿੰਦੇ ਕਿ ਸਾਨੂੰ ਥੋੜਾ ਡਿਸਕਾਊਂਟ ਵੀ ਮਿਲੇ ਤੇ ਨਾਲ ਜੇ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਤਾਂ ਸਾਡੇ ਨਾਲ ਥੋੜਾ ਅਸੀਂ ਕਿਸ਼ਤਾਂ 'ਚ ਪੈਸੇ ਦੇ ਸਕਦੇ ਹਾਂ ਜੀ ਹਾਂਜੀ ਉਹ ਹੈਗੀਆਂ ਨੇ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਜਿਸ ਤਰ੍ਹਾਂ ਅਸੀਂ ਫਾਈਨੈਂਸ ਕੰਪਨੀ ਨਾਲ ਜਿਸ ਤਰ੍ਹਾਂ TVS ਕੰਪਨੀ ਨਾਲ ਜਿਹੜਾ ਸਾਡਾ ਟਾਈਪ ਅਪ ਕੀਤਾ ਹੋਇਆ ਹੈਗਾ TVS ਕੰਪਨੀ ਥਰੂ ਜਿਹੜਾ ਲੋਨ ਵਗੈਰਾ ਉਹ ਮਿਲ ਜਾਂਦਾ ਹੈਗਾ ਪੀਵੀਐਸ ਕੰਪਨੀ ਦਾ ਲੋਨ ਹੋ ਜਾਊਗਾ ਤੇ ਤੁਸੀਂ ਜਿਹੜੀਆਂ ਆਸਾਨ ਕਿਸ਼ਤਾਂ ਦੇ ਸਾਲ ਦੀ 2 ਸਾਲ ਦੀਆਂ 3 ਸਾਲ ਦੀ ਜਿੰਨਾ ਕੰਪਨੀ ਤੁਹਾਨੂੰ ਦੇਊਗੀ ਉਸ ਦੇ ਨਾਲ ਤੁਸੀਂ ਕਿਸ਼ਤਾਂ ਦੇ ਵਿੱਚ ਜਿਹੜਾ ਇਹ ਸੁਪਰ ਸੀਡਰ ਹੈ ਜਾਂ ਕੋਈ ਵੀ ਪ੍ਰੋਡਕਟ ਹੈ ਉਹ ਕਿਸ਼ਤਾਂ ਨਾਲ ਲੈ ਸਕਦੇ ਹੋ ਕੱਲਬਾਤ ਦਾ سلسلہ ਲਗਾਤਾਰ ਅਸੀਂ جاری ਰੱਖਾ ਗਏ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੇ ਹਨ ਤਾਂ ਹੁਣ ਨਾਲ ਅਸੀਂ ਜੋ ਇੱਥੇ ਕਸਟਮਰ ਪਹੁੰਚੇ ਹੋਏ ਨੇ ਇਸ ਨੂੰ ਗ੍ਰਾਹਕ ਖਰੀਦਣ ਆਏ ਨੇ ਕਿਸਾਨ ਪਹੁੰਚੇ ਹੋਏ ਨੇ ਖਾਸ ਤੌਰ ਤੇ ਇਸ ਡਿਸਕ ਸੀਡਰ ਨੂੰ ਖਰੀਦਣ ਦੇ ਲਈ ਤਾਂ ਕੀ ਬੈਨੀਫਿਟ ਹੁੰਦੇ ਨੇ ਉਹ ਇਹ ਤਾਂ ਹੁਣ ਕਿਸਾਨ ਵੀ ਚੰਗੀ ਤਰ੍ਹਾਂ ਦੱਸ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਾਂਜੀ ਪਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਈ ਕਿੱਥੋਂ ਜੀ ਅਸੀਂ ਕਿਲਰੀਆਂ ਪੰਡਾ ਜੀ ਸੰਰੂਰ ਕੋਲੋਂ ਜੀ ਇੱਥੋਂ ਦੀ ਇਹ ਜਿਹੜੀ ਇੰਡਸਟਰੀ ਲੱਗੀ ਹੈਗੀ ਹੈ ਇੱਥੋਂ ਬਾਰੇ ਕਿਦਾਂ ਪਤਾ ਲੱਗਾ ਇਹ ਤਾਂ ਇਹ ਕਾਫੀ ਪੁਰਾਣੀ ਹੈ ਜੀ ਪਹਿਲਾਂ ਤੇ ਪਹਿਲਾਂ ਦੀ ਜਾਣਕਾਰੀ ਹੈਗੀ ਐ ਸੀ ਇਹਨਾਂ ਦੀ ਪਹਿਲਾਂ ਵੀ ਤੁਸੀਂ ਸਮਾਨ ਲੈ ਕੇ ਜਾਂਦੇ ਹੋ ਹਾਂਜੀ 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 ਹੁਣ ਅੱਜ ਕੀ ਖਰੀਦਣ ਆਏ ਹੈਗੇ ਆ ਜੀ ਸੁਪਰ ਸੀਡਰ ਖਰੀਦਣ ਆਏ ਆ ਜੀ ਇਹ ਜੋ ਜੀ ਇਹਦਾ ਥੋੜਾ ਜਿਹਾ ਬੈਨੀਫਿਟ ਦੱਸੂਗੇ ਕਿ ਹੋਰ ਕਿਸਾਨ ਵੀ ਚਲੋ ਖੈਰ ਉਹ ਪਤਾ ਜਿਹੜਾ ਖੇਤੀ ਕਰਦਾ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਆ ਤਾਂ ਤੁਸੀਂ ਇਤੋਂ ਕੀ ਲਾਭ ਲੈ ਸਕਦੇ ਆ ਅਸੀਂ ਜਿਨ੍ਹਾਂ ਦੀ ਮੰਨ ਲਓ ਵੀ ਇੱਕ ਅੱਧੇ ਦੇ ਵਿੱਚ ਰੂਟਾਵੇਟਰ ਬਣ ਜਾਂਦਾ ਜੀ ਇਹ ਇਹਨਾਂ ਦੇ ਤਿੰਨ ਨਾਟ ਦਿੱਤੇ ਹੋਏ ਨੇ ਜੀ ਇੱਥੇ ਤਿੰਨ ਨਾਟ ਖੋਲ ਕੇ ਕੋਈ ਦਿੱਕਤ ਨਹੀਂ ਯਾਦੀ ਨਹੀਂ ਕੋਈ ਖੋਲਣਾ ਪੈਂਦਾ ਸਿਰਫ ਤਿੰਨ ਨਾਟ ਖੋਲ ਕੇ ਜੀ ਰੂਟਾਵੇਟਰ ਬਣ ਜਾਂਦਾ ਇਹ ਸੂਪਰਸੀਡਰ ਤਾਂ ਹੈਗੀ ਹੈਗਾ ਆਲਰੇਡੀ ਤਿਆਰ ਜੀ ਤੇ ਵੀ ਇੱਕ ਮਸ਼ੀਨਰੀ ਤੇ ਪੈਸੇ ਲਾ ਕੇ ਆਪਾਂ ਦੋ ਮਸ਼ੀਨਰੀਆਂ ਦਾ ਲਾਭ ਲੈ ਸਕਦੇ ਜੀ ਤੋਂ ਬਿਲਕੁਲ ਜੀ ਤਾਂ ਉਪਰੋਂ ਤੁਹਾਨੂੰ ਸਰਕਾਰ ਵੀ ਮਦਦ ਕਰਦੀ ਹੈ ਤਾਂ ਇਹ ਚਾਹੁੰਦੇ ਆ ਕਿ ਅਸੀਂ ਜਿੱਦਾਂ ਜਿੱਦਾਂ ਹੁਣ ਖੇਤੀ ਕਰਨ ਦੇ ਢੰਗ ਬਦਲ ਗਏ ਨੇ ਸੰਦ ਵੀ ਬਦਲੇ ਜਾਂਦੇ ਨਾਲ ਨਾਲ ਹਾਂਜੀ 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 ਸਰਕਾਰ ਤੋਂ ਕਿਦਾਂ ਦੀ ਮਦਦ ਮਿਲਦੀ ਹੈ ਤੁਹਾਨੂੰ ਸਰਕਾਰ ਤੋਂ ਜੀ ਮਤਲਬ ਸਬਸਿਡੀ ਦੀ ਸਕੀਮ ਚੱਲ ਰਹੀ ਹੈ ਜੀ ਤੇ ਉਹ 40% ਸਬਸਿਡੀ ਦਿੰਦੇ ਨੇ ਜੈਂਟਸ ਤੇ ਜਿਹਨੂੰ ਨਿਕਲੂਗੀ ਇਹ ਹੈ ਉਹ ਵੀ ਨਾਲ ਵੀ ਜਿਹਨੂੰ ਕਾਫੀ ਹੈਲਪ ਹੋ ਜਾਂਦੀ ਹੈ ਜੀ ਇਹਨਾਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਵੀ ਬਹੁਤ ਸਾਰੇ ਸੰਧ ਖਰੀਦ ਕੇ ਲੈ ਕੇ ਗਏ ਹੈਗੇ ਹੋ ਇੱਕ ਵਿਸ਼ਵਾਸ ਬਣਿਆ ਹੁੰਦਾ ਬੰਦੇ ਤੇ ਤਾਂ ਥੋੜਾ ਜਿਹਾ ਇਹਨਾਂ ਤੇ ਬਾਰੇ ਦੱਸੋਗੇ ਜਗਤਜੀਤ ਗਰੁੱਪ ਬਾਰੇ ਹਾਂ ਜੀ ਮੈਂ ਇਹਨਾਂ ਬਾਰੇ ਵੀ ਇਹਨਾਂ ਦਾ ਕਾਫੀ ਆਲ ਇੰਡੀਆ ਦੇ ਵਿੱਚ ਇਹਨਾਂ ਦਾ ਨਾਮ ਆ ਜੀ ਤੇ ਜਿਹੜਾ ਵੀ ਸੰਧ ਬਣਾਉਂਦੇ ਨੇ ਇਹਨਾਂ ਦਾ ਉਹ ਪੂਰਾ ਵਧੀਆ ਚੱਲਦਾ ਜੀ ਕਿਸਾਨ ਲਾਈਕ ਕਰ ਦਿੰਦੇ ਨੇ ਸੰਧ ਨੂੰ ਤੇ ਬਾਕੀ ਕੋਈ ਦਿੱਕਤ ਨਹੀਂ ਆਉਂਦੀ ਜੀ ਇਹਨਾਂ ਦੀ ਸੰਦ ਵੈਸੇ ਵਿੱਚ ਲੋਕਲ ਨੇ ਨੇੜੇ ਪੈਂਦੇ ਨੇ ਤੇ ਵੈਸੇ ਦੂਰ ਦੂਰ ਤੱਕ ਵੀ ਇਹਨਾਂ ਦਾ ਸੰਦ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਚੱਲਦਾ ਜੀ ਜੇਬ ਖਰਚੇ ਦੀ ਗੱਲ ਕਰੀਏ ਕਿਸਾਨ ਕਹਿੰਦੇ ਕਿ ਅਸੀਂ ਖੇਤੀਬਾੜੀ ਵੀ ਕਰਨੀ ਆ ਤਾਂ ਉਹਨਾਂ ਕੋ ਪੈਸੇ ਵੀ ਹੋਣੇ ਚਾਹੀਦੇ ਆ ਤਾਂ ਇੱਥੇ ਆ ਕੇ ਤੁਹਾਨੂੰ ਲੱਗਦਾ ਕਿ ਜਿਹੜਾ ਪੈਸਾ ਆ ਉਹ ਸਹੀ ਲਾ ਰਹਿ ਗਿਆ ਹਾਂਜੀ ਹਾਂਜੀ ਉਹ ਤਾਂ ਹੁਣ ਜਿੰਨਾਂ ਦਾ ਕੋਈ ਆਪਾਂ ਮਸ਼ੀਨਰੀ ਲੈਣੇ ਆ ਜੀ ਮਗਾਈ ਆ ਉਸ ਹਿਸਾਬ ਨਾਲ ਪੈਸੇ ਤਾਂ ਲੱਗਦੇ ਨਹੀਂ ਆ ਜਿੱਦਾਂ ਉਹਨਾਂ ਨੇ ਦੱਸਿਆ ਕਿ ਕਹਿੰਦੇ ਇਥੇ ਰੋਟਾਵੇਟਰ ਵੀ ਵਿੱਚੇ ਸਭ ਕੁਝ ਤੁਸੀਂ ਜਿਹੜੀਆਂ ਕਿਸਾਨਾਂ ਨੂੰ ਫਾਇਦਾ ਦਿੰਦੇ ਹੋ ਤਾਂ ਹੋਰ ਇਹ ਕੀ ਫਾਇਦਾ ਨਵਾਂ ਜਦ ਦੱਸ ਰਿਹਾ ਰੋਟਾਵੇਟਰ ਦੀ ਗੱਲ ਕਰ ਰਹੇ ਹੋ ਜੇ ਮੈਂ ਰੋਟਾਵੇਟਰ ਦੀ ਗੱਲ ਕਰਾਂ ਤਾਂ ਕਿਸਾਨ ਜਿਹੜੇ ਸੁਪਰਸੀਡਰ ਨੇ ਵਿੱਚ ਇਹ 2 ਇਨ 1 ਮਸ਼ੀਨ ਹੈ ਇਹ ਰੋਟਾਵੇਟਰ ਵੀ ਬਣ ਜਾਊਗਾ ਇਹਨੂੰ ਰੋਟਾਵੇਟਰ ਬਣਾਉਣਾ ਬਹੁਤ ਆਸਾਨ ਹੈ ਜਿਸ ਤਰ੍ਹਾਂ ਕਿਸਾਨਾਂ ਦਾ ਰਹਿੰਦਾ ਕਿ ਸੁਪਰਸੀਡਰ ਨੂੰ ਰੋਟਾ ਦੇ ਵਿੱਚ ਆਪਾਂ ਕਨਵਰਟ ਕਿਦਾਂ ਕਰੀਏ ਇਹ ਸਿਰਫ ਤਿੰਨ ਬੋਲਟ ਖੋਲਣੇ ਨੇ ਇਹਦੇ ਹਾਂ ਤਿੰਨ ਬੋਲਟ ਖੋਲੋਗੇ ਤੁਸੀਂ ਜਿਹੜੀ ਉੱਪਰ ਵਾਲੀ ਇਹ ਟਿੰਕੀ ਹੈ ਤੇ ਪਿੱਛੇ ਵਾਲੀ ਇਹ ਅਟੈਚਮੈਂਟ ਹੈ ਇਹ ਪਿੱਛੇ ਰਹਿ ਜੂਗੀ ਤੁਹਾਡਾ ਜਿਹੜਾ ਸੁਪਰਸੀਡਰ ਹੈ ਰੋਟਾਵੇਟਰ ਹੈ ਤੁਹਾਡਾ ਉਹ ਤੁਹਾਡੇ ਕੋਲ ਹੋ ਜੂਗਾ ਸਿਰਫ ਜਸਟ 3 ਬੋਲਟ ਤੁਸੀਂ ਜਿਹੜੇ ਉਹਦੇ ਖੋਲ ਕੇ ਇਹਨੂੰ ਤੁਸੀਂ ਰੋਟਾਵੇਟਰ ਦੇ ਵਿੱਚ ਕਨਵਰਟ ਕਰ ਸਕਦੇ ਹੋ ਬਲਬੀਰ ਜੀ ਜੇਕਰ ਗੱਲ ਕੀਤੀ ਜਾਵੇ ਇਹ ਜਿਹੜਾ ਮੁਕਾਬਲਾ ਬੜਾ ਹੁੰਦਾ ਹੈ ਹਰ ਬੰਦਾ ਕਹਿੰਦਾ ਕਿ ਸਾਡੀਆਂ ਚੀਜ਼ਾਂ ਵੇਕਣ ਸਾ ਅਸੀਂ ਅੱਗੇ ਚਾਈਏ ਤਾਂ ਜਗਤਜੀਤ ਨੇ ਆਪਣੇ ਆਪ ਨੂੰ ਆਪ ਕਿਵੇਂ ਰੱਖਿਆ ਕੀ ਦੇ ਰਹੇ ਨੇ ਸਪੈਸ਼ਲ ਲੋਕ ਕਿਸਾਨਾਂ ਦੇ ਲਈ ਦੇਖੋ ਕੰਪਨੀਆਂ ਬੜੇ ਬੜੇ ਗਾਕਾਂ ਨੂੰ ਆਪਣੇ ਵੱਲ ਕ੍ਰਿਸ਼ਿਤ ਕਰਨ ਲਈ ਬੜੇ ਮਨ ਲੁਭਾ ਬਣੇ ਜਿਹੜੀਆਂ ਆਫਰਸ ਦਿੰਦੀਆਂ ਨੇ ਪਰ ਜਗਤਜੀਤ ਦੀ ਜਿਹੜੀ ਮੇਨ ਉਹ ਹੈ ਉਹ ਕੁਆਲਿਟੀ ਜੀ ਕੁਆਲਿਟੀ ਇੱਕ ਆਪਾਂ ਬ੍ਰਾਂਡ ਕਿਉਂ ਖਰੀਦਦੇ ਆ ਇੱਕ ਪੈਂਟ ਆਪਾਂ ਨੂੰ 500 ਰੁਪਏ ਦੀ ਵੀ ਮਿਲ ਜਾਂਦੀ ਹੈ ਇੱਕ ਆਪਾਂ 5000 ਦੀ ਖਰੀਦਦੇ ਕਿਉਂ ਖਰੀਦਦੇ ਹੋ ਬ੍ਰਾਂਡ 'ਚ ਕੁਆਲਿਟੀ ਹੁੰਦੀ ਹੈ ਕੋਈ ਉਹੀ ਸੇਮ ਜਗਤਜੀਤ ਹੈ ਜੀ ਜਗਤਜੀਤ ਇੱਕ ਇਦਾਂ ਦੀ ਕੁਆਲਿਟੀ ਹੈ ਵੀ ਤੁਸੀਂ ਜਿਹੜੇ ਕਸਟਮਰ ਨੇ ਕੋਈ ਚੀਜ਼ ਖਰੀਦ ਲਈ ਜੋ ਸੰਤ ਖਰੀਦ ਲਿਆ ਉਹਨੂੰ ਮੁੜ ਕੇ ਦੁਬਾਰਾ ਉਸ ਚੀਜ਼ ਤੇ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਸਾਰੀ ਉਮਰ ਚੱਲੇਗਾ ਜਿੱਦਾਂ ਆਪਾਂ ਛੋਟੇ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਤੁਸੀਂ ਆਮ ਲੋਕਾਂ ਦੀਆਂ ਮਸ਼ੀਨਾਂ ਦੇਖ ਲਓ ਨਟ ਤੁਹਾਨੂੰ ਵਿੱਚ ਸੇਮ ਰੰਗ ਦੇ ਮਿਲਣਗੇ ਮਤਲਬ ਕਸਤਾ ਅਸੈਂਬਲ ਕੀਤਾ ਤੇ ਪ੍ਰੈਸ਼ਰ ਮਾਰ ਕੇ ਰੰਗ ਕਰਤਾ ਇਹਨਾਂ ਨੇ ਇੰਨਾ ਜ਼ਿਆਦਾ ਕੁਆਲਿਟੀ ਨੂੰ ਇੰਨਾ ਬਰੀਕੀ ਚ ਧਿਆਨ ਚ ਰੱਖਿਆ ਹੋਇਆ ਵੀ ਨਟ ਵੀ ਤੁਹਾਨੂੰ ਅਡਸੈਂਬਲ ਕੀਤੇ ਹੋਏ ਮਿਲਣਗੇ ਮਤਲਬ ਇਹ ਛੋਟੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਕੁਆਲਿਟੀ ਨੂੰ ਇੰਨਾ ਜ਼ਿਆਦਾ ਪ੍ਰਾਇੋਰਟੀ ਦਿੰਦੇ ਨੇ ਕਿ ਕੁਆਲਿਟੀ ਨਾਲ ਕਿਤੇ ਵੀ ਲੋਹੇ ਨਾਲ ਜਾਂ ਉਹ ਤੋਂ ਲੱਗਣ ਵਾਲਾ ਕੋਈ ਵੀ ਚੀਜ਼ ਹੈ ਕਿਤੇ ਕੰਪਰੋਮਾਈਜ਼ ਨਹੀਂ ਕਰਦੇ ਚਾਹੇ ਇਹਨਾਂ ਨੂੰ ਉਹ ਚੀਜ਼ ਬਾਜ਼ਾਰ ਨਾਲੋਂ ਮਹਿੰਗੀ ਕਿਉਂ ਨਾ ਮਿਲਦੀ ਹੋਵੇ ਜਦੋਂ ਸਾਡੀ ਪਰਚੇਜ਼ ਟੀਮ ਜਾਂਦੀ ਹੈ ਮਹਿੰਗੀ ਖਰੀਦ ਲੈਂਦੇ ਨੇ ਪਰ ਕੁਆਲਿਟੀ ਨਾਲ ਕੰਪਰੋਮਾਈਜ਼ ਕਦੇ ਨਹੀਂ ਕਰਦੇ ਕੁਆਲਿਟੀ ਹੀ ਸਾਡੀ ਆਫਰ ਹੈ। ਕੀ ਬਾਤ ਹੈ ਜੀ ਬਹੁਤ ਵੱਡੀ ਆਫਰ ਹੈ ਕੁਆਲਿਟੀ ਕਿਉਂਕਿ ਇੱਕ ਵਾਰ ਚੀਜ਼ ਖਰੀਦ ਲਈ ਤਾਂ ਮੁੜ ਕੇ ਤੁਹਾਨੂੰ ਕਦੇ ਦੁਬਾਰਾ ਪੈਸੇ ਨਹੀਂ ਲਾਉਣੇ ਪੈਣਗੇ ਉਸ ਚੀਜ਼ ਦਾ ਇਹ ਪੂਰਾ ਐਡਰੈਸ ਜਿਹੜੇ ਪ੍ਰੋ ਪੰਜਾਬ ਦੇ ਜ਼ਰੀਏ ਨਵੇਂ ਕਿਸਾਨ ਜੁੜੇ ਹੋਣਗੇ ਤਾਂ ਅਸੀਂ ਚਾਹਾਂਗੇ ਕਿ ਪ੍ਰੋਪਰ ਜਿਹਨਾਂ ਨੇ ਜਗਤਜੀਤ ਦੇ ਕੋਲ ਆਣਾ ਹੋਵੇ ਤਾਂ ਪੂਰਾ ਐਡਰੈਸ ਜ਼ਰੂਰ ਦੱਸੋ ਜੀ। ਹਾਂਜੀ ਇਹ ਜਿਹੜਾ ਸਾਡਾ ਪਲਾਂਟ ਹੈ ਜੀ ਇਹ ਜਦੋਂ ਤੁਸੀਂ ਪਟਿਆਲਾ ਤੋਂ ਸੁਨਾਮ ਆਗੇ ਸੁਨਾਮ ਤੋਂ ਮਾਨਸਾ ਜਾਂਦੇ ਹੋ ਜੀ ਤਾਂ ਸੁਨਾਮ ਤੋਂ ਮਾਨਸਾ ਦੇ ਰਸਤੇ 'ਚ ਚੀਮਾ ਮੰਡੀ ਆਉਂਦਾ ਜੀ ਸੰਤ ਬਾਬਾ ਅਤਰ ਸਿੰਘ ਜੀ ਦੀ ਦਾ ਜਨਮ ਸਥਾਨ ਹੈ ਜੀ ਬਹੁਤ ਪਵਿੱਤਰ ਸਾਡੇ ਟਾਊਨ ਨੂੰ ਮੰਨਿਆ ਜਾਂਦਾ ਹੈ ਚੀਮਾ ਸਾਹਿਬ ਪਿੱਛੇ ਲੱਗਦਾ ਜੀ ਤੇ ਇਹ ਸੁਨਾਮ ਤੋਂ 14 ਕਿਲੋਮੀਟਰ ਹੈ ਜੀ ਤੇ ਭੀਖੀ ਤੋਂ ਵੀ 14 ਕਿਲੋਮੀਟਰ ਹੈ ਮਤਲਬ ਮਾਨਸਾ ਤੇ ਸੁਨਾਮ ਦੇ ਵਿਚਕਾਰ ਆਉਂਦਾ ਹਾਂ ਜੀ ਤੇ ਦੂਸਰਾ ਮੈਂ ਤੁਹਾਨੂੰ ਮੈਂ ਸਰਵਿਸ ਦੀ ਗੱਲ ਕਰ ਰਿਹਾ ਸੀ ਤੁਸੀਂ ਆਫਰਸ ਦੀ ਗੱਲ ਕਰ ਰਹੇ ਸੀ ਵੈਸੇ ਅਸੀਂ ਜਗਤਜੀਤ ਨੇ ਕਦੇ 1 ਰੁਪਿਆ ਵੀ ਕਿਸੇ ਤੋਂ ਫालतू ਨਹੀਂ ਲਿਆ ਜੋ ਮਾਰਕੀਟ 'ਚ ਪ੍ਰਾਈਸ ਚੱਲਦੇ ਹੁੰਦੇ ਨੇ ਉਹਦੇ ਨਾਲੋਂ ਕਰੀਬ ਕਿਤੇ ਰੇਟ ਸਾਡੇ ਕੋਲ ਮਿਲਾ ਕੇ ਘੱਟ ਹੀ ਹੁੰਦੇ ਨੇ ਪਰ ਪਲੱਸ ਕੁਆਲਿਟੀ ਦੇ ਨਾਲ ਸਰਵਿਸ ਸਾਡੀ ਜਿਹੜੀ ਹੈ ਨਾ ਸਰਵਿਸ ਤੁਸੀਂ ਯਕੀਨ ਨਹੀਂ ਕਰਨਾ ਕਿ ਸਰਵਿਸ ਦਾ ਵੀ ਸਾਡਾ ਓਨਾ ਹੀ ਵੱਡਾ ਬਜਟ ਹੈ ਜਿੰਨਾ ਵੱਡਾ ਸਾਡਾ ਉਹ ਚੀਜ਼ ਨੂੰ ਅਸੈਂਬਲ ਕਰਨ ਤੇ ਜਾਂ ਤਿਆਰ ਕਰਨ ਤੇ ਜੋ ਖਰਚਾ ਹੁੰਦਾ ਉਹਨਾਂ ਹੀ ਅਸੀਂ ਉਹਨੇ ਓਡਾ ਵੱਡਾ ਬਜਟ ਹੀ ਕਸਟਮਰ ਨੂੰ ਸਰਵਿਸ ਦੇਣ ਤੇ ਰੱਖਦੇ ਆਂ ਕੁਆਲਿਟੀ ਪਲੱਸ ਸਰਵਿਸ ਇਹ ਦੋ ਚੀਜ਼ਾਂ ਬੜਾ ਵੱਡਾ ਮਤਲਬ ਕੰਪੋ ਜਿਸ਼ਨ ਜੋ ਹੈ ਸਾਡੇ ਜਗਤਜੀਤ ਦੀ ਜਿੱਤ ਜਿਹਨੂੰ ਜਗਤਜੀਤ ਨੇ ਬਹੁਤ ਉੱਚਾ ਉਚਾਈਆਂ ਤੇ ਲੈ ਕੇ ਗਈ ਹੈ ਇਹ ਕੰਪੋਜੀਸ਼ਨ ਤੇ ਪ੍ਰਮਾਤਮਾ ਸੁੱਖ ਰੱਖੇ ਇਹ ਸਾਰੀ ਉਮਰ ਜਗਤਜੀਤ ਚ ਰਹੂਗੀ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਾਰੀ ਜਾਣਕਾਰੀ ਸਾਂਝਾ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਦਰਸ਼ਕਾਂ ਦਾ ਜੀ ਸ਼ੁਕਰੀਆ ਜੀ ਸੋ ਥੈਂਕ ਯੂ ਜੀ ਮਾਸਰ ਇਨ ਜਾਨ ਇੰਗਲਿਸ਼ੀ ਥੈਂਕ ਯੂ ਜੀ ਤੁਹਾਡੇ ਪੰਜੋ ਚੈਨਲ ਦੇ ਜਰੀਏ ਅਸੀਂ ਕਸਟਮਰ ਨੂੰ ਦੱਸਣਾ ਚਾਹਾਂਗੇ ਸਾਡੇ ਡੀਲਰਸ਼ਿਪ ਦੇ ਉੱਤੇ ਸਬਸਿਡੀ ਲਈ ਜਿਹੜੇ ਫਾਰਮ ਆ ਉਹ ਅਪਲਾਈ ਹੋ ਰਹੇ ਨੇ ਸਾਡੇ ਜਿਹੜੇ ਪ੍ਰੋਡਕਟ ਨੇ ਤੁਸੀਂ ਉੱਥੇ ਦੇਖ ਸਕਦੇ ਹੋ ਜੇਕਰ ਤੁਸੀਂ ਆਪਣੇ ਏਰੀਆ ਦੇ ਡੀਲਰ ਦਾ ਐਡਰੈਸ ਲੈਣਾ ਤਾਂ ਸਾਡੇ ਹੈਲਪਲਾਈਨ ਨੰਬਰ 91003700 ਤੇ ਜਿਹੜਾ ਕਾਲ ਕਰਕੇ ਤੁਸੀਂ ਸਬਸਿਡੀ ਬਾਰੇ ਸਾਡੇ ਪ੍ਰੋਡਕਟਸ ਬਾਰੇ ਆਪਣੇ ਏਰੀਆ ਦੇ ਨਜ਼ਦੀਕੀ ਡੀਲਰ ਬਾਰੇ ਜਿਹੜਾ ਉਹ ਜਾਣ ਸਕਦੇ ਹੋ ਤੇ ਕਾਲ ਕਰ ਸਕਦੇ ਹੋ ਜੀ ਧੰਨਵਾਦ ਬਿਲਕੁਲ ਜੀ ਮੇਰੇ ਪਿੱਛੇ ਜਿਹੜੀ ਆ ਤਸਵੀਰ ਬੜੀ ਸੋਹਣੀ ਹੈ ਤੇ ਇਹ ਤਸਵੀਰ ਸਾਰਾਂ ਦੇ ਚਿਹਰੇ ਤੇ ਇੱਕ ਮੁਸਕਾਨ ਹੈ ਤੇ ਇਹ ਮੁਸਕਾਨ ਕਿਨਾਂ ਤੱਕ ਹੈ ਇਹ ਇਸੇ ਲਈ ਹੈ ਕਿਉਂਕਿ ਤੁਹਾਡੇ ਤੱਕ ਇਹ ਸਹੀ ਚੀਜ਼ ਪਹੁੰਚਾਉਂਦੇ ਨੇ ਤਾਂ ਇਹਨਾਂ ਨੇ ਪਹਿਲੇ ਕਿਹਾ ਕਿ ਜੇਕਰ ਆਫਰ ਲੈਣਾ ਹੈ ਤਾਂ ਕੁਆਲਿਟੀ ਆਫਰ ਹੈ ਤੇ ਆਓ ਵੀ ਕਿ ਸਾਨੂੰ ਤੁਸੀਂ ਵੀ ਜਿਹੜਾ ਫਾਇਦਾ ਹੈ ਦਾ ਚੱਕ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਆਹ ਸੋਹਣੇ ਵੀਰਾਂ ਦੇ ਚਿਹਰਿਆਂ ਤੇ ਇੱਕ ਮੁਸਕਾਨ ਨਜ਼ਰ ਆ ਰਹੀ ਹੈ ਇਹ ਤੁਹਾਡੇ ਖੇਤਾਂ ਚੋਂ ਪਹੁੰਚ ਕੇ ਤੁਹਾਡੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਣ ਵਾਲੇ ਨੇ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਗੇੜਾ ਮਾਰਨਾ ਇਹਨਾਂ ਦਾ ਵਿਸ਼ਾ ਵਾਸ ਜਿਹੜਾ ਜ਼ਰੂਰ ਜਤਨਾਏ ਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ ਤੁਹਾਨੂੰ ਲੈ ਕੇ ਆ ਰਹੇ ਨੇ ਕਿ ਵਾਕੇ ਹੀ ਸਹੀ ਦੇ ਰਹੇ ਨੇ ਤਾਂ ਜ਼ਰੂਰ ਚੀਮਾ ਮੰਡੀ ਜੋ ਕਿ ਬਿਲਕੁਲ ਸੁਨਾਮ ਤੇ ਮਾਨਸੇ ਦੇ ਵਿਚਕਾਰ ਪੈਂਦਾ ਤਾਂ ਚੀਮਾ ਮੰਡੀ ਜ਼ਰੂਰ ਆਇਓ ਜਗਤਜੀਤ ਗਰੁੱਪ ਤੁਹਾਨੂੰ ਬਿਲਕੁਲ ਮੇਨ ਰੋਡ ਸੜਕ ਤੋਂ ਲੰਘੋਗੇ ਤਾਂ ਸਾਹਮਣੇ ਦਿਖ ਜਾਏਗਾ ਇੱਥੇ ਆ ਕੇ ਤੁਸੀਂ ਕਿਸਾਨ ਵੀਰ ਜਿਹੜੇ ਫਾਇਦਾ ਨੇ ਉਹ ਚੁੱਕ ਸਕਦੇ ਨੇ ਤੇ ਹੁਣ ਅਸੀਂ ਤੁਹਾਡੇ ਤੋਂ ਰਵਾਂਗੇ ਅੱਗੇ ਸਹਿਯੋਗੀ ਕ੍ਰਿਸ਼ਨ ਕੁਮਾਰ ਦੇ ਨਾਲ ਮਨਦੀਪ ਕੌਰ ਸੰਧੂ ਸ਼ਾਤਰੀਆ ਕਾਰ